वाहो वाहो बाणी निरंकार है जिथे जाए बहे मेरा सतगुरु सोथान सुहावा राम राजे करमा वालिया समुचिया संगतां बहुत ही सत्कार योग बाबा राम सिंह जी बाबा उजागर सिंह जी जिन्हां दी सलाना बरसी नूं मनाउंदे होए उन्हां दी याद दे अंदर एकत्र होए गुरु साहिबाना दे चरणां विच पहुंच के हाजरियां लवा रहे हो बाबा राम सिंह जी उजागर सिंह जी जिन्हां दे बड़ी रहमत जिन्हां दे उपर सच्चे पातशाह महाराज दी जिहड़े दुनिया ते आए ते कुछ करके गए क्योंकि दुनिया ते बड़े तरह के लोग आउंदे ने कई अपने लिए सोचते ने कई घर परिवार लिए सोचते कई इलाके वास्ते सोचते पर महान हस्तियां जिन्हां नूं इंटरनेशनल पद्धर ते याद किया जाता है उन्हें गुरु साहिबान संत महापुरश शहीद अगमिया आत्मावां अज अमृत वेले तो लैके सजी हुई दीवान साढ़े तो पहला चढ़ती कला दे बुलारे जिन्हां ने आप जी नूं गुरु नाल जोड़िया गुरु का जस करन वास्ते तीन मुख माध्यम है जिहदे विचों पहला एक कथा जिन्हों कहिंदे गुरबाणी दी विचार ते हर एक इंसान दे वस दी गल नहीं कथा कर लैणी है साढ़े भी वस दी गल नहीं आप जी ने कथा नूं भी श्रवण कीता है दूसरा कीर्तन कलयुग मैं कीर्तन प्रधाना गुरु नानक देव महाराज ने कीर्तन की दात बख्शिश की नाल रहे भाई मरदाना जी 47 साल गुरु नानक देव महाराज ते भाई मरदाना जी कठे रहे 47 साल का समा बड़ा लंबा समा होंदा है गुरु नानक देव महाराज ने कीर्तन नूं प्रधानता दित्ती ते वडाला साहिब भाई साहब जिन्हां ने आप जी दे नाल वडमुल्लियां विचारां सांझियां कीतियां कीर्तन दी सांझ पाई ਉਹ ਅਜੋਕੇ ਸਮੇਂ ਦੀ ਗੱਲ ਕਰ ਰਹੇ ਸਨ ਸਮਾਜ ਦੀਆਂ ਬੁਰਾਈਆਂ ਦੀ ਗੱਲ ਕਰ ਰਹੇ ਸਨ ਨਸ਼ਿਆਂ ਦੀ ਗੱਲ ਕਰ ਰਹੇ ਸਨ ਭੈਣਾਂ ਨੂੰ ਸੁਚੇਤ ਹੋਣ ਵਾਸਤੇ ਆਖਿਆ ਉਹ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਵਿਚਾਰਾਂ ਅੱਜ ਦੇ ਸਮੇਂ ਅੰਦਰ ਯੋਗ ਉਹਨਾਂ ਨੂੰ ਲੱਗੀਆਂ ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਇਤਿਹਾਸ ਦੀ ਸਾਂਝ ਪਾਉਣੀ ਵੀ ਜ਼ਰੂਰੀ ਹੈ ਤੇ ਅਜੋਕੇ ਦੇ ਸਮੇਂ ਦੀ ਗੱਲ ਕਰਨੀ ਇਹ ਵੀ ਬੜੀ ਜ਼ਰੂਰੀ ਹੈ ਉਹਨਾਂ ਨੇ ਦੋਨੇ ਪੱਖ ਆਪ ਜੀ ਦੇ ਨਾਲ ਸਾਂਝੇ ਕੀਤੇ ਸਮਾਂ ਬੜਾ ਸੀਮਤ ਹੈ ਅਸੀਂ ਵੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਬਾਬਾ ਜੀ ਦਾ ਹੁਕਮ ਹੋਇਆ ਪ੍ਰਬੰਧਕ ਵੀਰਾਂ ਦਾ ਹੁਕਮ ਹੋਇਆ ਤੇ ਢਾਡੀ ਜਥਾ ਆਪ ਜੀ ਦੇ ਜੋੜੇ ਝੜਨ ਦੀ ਸੇਵਾ ਕਰਨ ਵਾਸਤੇ ਪਹੁੰਚਿਆ ਤੁਸੀਂ ਹਰੇਕ ਜਥੇ ਨੂੰ ਮਾਣ ਸਤਿਕਾਰ ਦੇ ਕੇ ਨਵਾਜ ਦਿਓ ਤੇ ਇਹੋ ਜਿਹੀ ਆਸ ਅਸੀਂ ਵੀ ਤੁਹਾਡੇ ਤੋਂ ਰੱਖਦੇ ਹਾਂ ਇਤਿਹਾਸ ਤੁਸੀਂ ਪੜ੍ਹਦੇ ਆਏ ਹੋ ਸੁਣਦੇ ਆਏ ਹੋ ਵਾਚਦੇ ਆਏ ਹੋ ਮੈਂ ਇੱਥੋਂ ਗੱਲ ਆਰੰਭ ਕਰ ਜਾਵਾਂ ਕਿ ਜਦੋਂ ਕਿਸੇ ਇਨਸਾਨ ਤੇ ਜਵਾਨੀ ਹੁੰਦੀ ਹੈ ਨਾ ਉਹ ਬਚਪਨ ਦੀ ਗੱਲ ਕਰਦਾ ਆਮ ਕਰਕੇ ਜਿਹੜਾ ਜਵਾਨ ਹੋਵੇਗਾ ਤੇ ਬਚਪਨ ਦੇ ਪਲ ਯਾਦ ਕਰੇਗਾ ਜਦੋਂ ਇਨਸਾਨ ਤੇ ਬੁਢੇਪਾ ਹੁੰਦਾ ਤੇ ਉਹ ਜਵਾਨੀ ਦੀ ਗੱਲ ਕਰਦਾ ਇਹ ਜਿਹੜਾ ਸਾਡਾ ਸਰੀਰ ਹੈ ਨਾ ਸਾਨੂੰ ਆਪਣੇ ਸਰੀਰ ਅੰਦਰ ਕਈ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਦੇ ਨੇ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਜਿਹੜੇ ਦੇਖਣ ਨੂੰ ਮਿਲਦੇ ਨੇ ਢਾਡੀ ਜਥੇ ਦਾ ਜਿਹੜਾ ਕੰਮ ਹੈ ਫਰਜ਼ ਹੈ ਕਿ ਇਤਿਹਾਸ ਤੋਂ ਜਾਣੂ ਕਰਵਾਉਣਾ ਯੋਧਿਆਂ ਦਾ ਇਤਿਹਾਸ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਢਾਡੀਆਂ ਨੂੰ ਮਾਣ ਦਿੱਤਾ ਅੱਜ ਢਾਡੀ ਜਥਾ ਇੱਕ ਇਤਿਹਾਸ ਦਾ ਪੰਨਾ ਲੈ ਕੇ ਆਪ ਜੀ ਦੇ ਸਨਮੁਖ ਆਇਆ ਹੈ ਇਨਸਾਨ ਤੇ ਜਵਾਨੀ ਆਉਂਦੀ ਬਚਪਨ ਦੀ ਗੱਲ ਕਰਦਾ ਹੈ ਬੁਢੇਪਾ ਆਉਂਦਾ ਜਵਾਨੀ ਦੀ ਗੱਲ ਕਰਦਾ ਹੈ ਉਤਾਰ ਚੜ੍ਹਾਅ ਸਰੀਰ ਅੰਦਰ ਇਸੇ ਤਰ੍ਹਾਂ ਇਤਿਹਾਸ ਅੰਦਰ ਵੀ ਹੁੰਦੇ ਨੇ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ ਗੁਰੂ ਸਾਹਿਬਾਨਾਂ ਦੇ ਜੀਵਨ ਪੜ੍ਹਦੇ ਹਾਂ ਗੁਰ ਇਤਿਹਾਸ ਤੋਂ ਮਗਲੂ ਆਉਂਦਾ ਹੈ ਸਿੱਖ ਇਤਿਹਾਸ ਜਦੋਂ ਆਪਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਿੱਖ ਇਤਿਹਾਸ ਅੰਦਰ ਮੋਢੀ ਹੋਏ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਅੱਗੇ ਚਲੇ ਜਾਈਏ ਤੇ ਮੈਂ ਗੱਲ ਕਰ ਜਾਵਾਂ 12 ਮਿਸਲਾਂ ਦੇ 12 ਸਿਰ ਜੁੜੇ 24 ਭੁਜਾ ਜੁੜੀਆਂ ਕੌਮ ਅੰਦਰ ਮੁਕੰਮਲ ਏਕਤਾ ਆਈ ਸ਼ੇਰੇ ਪੰਜਾਬ ਦੇ ਰੂਪ ਅੰਦਰ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖ਼ਤ ਤੇ ਕਾਬਜ਼ ਹੋਏ ਰਾਜ ਆਇਆ ਖਾਲਸੇ ਦਾ ਰਾਜ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਐਸਾ ਰਾਜ ਆਇਆ ਖਾਲਸੇ ਦਾ ਇਮਾਨਦਾਰੀ ਵਾਲਾ ਰਾਜ ਉਸ ਸਮੇਂ ਮੁਸਲਮਾਨਾਂ ਨੂੰ ਵੀ ਮਾਣ ਦਿੱਤਾ ਜਾਂਦਾ ਸੀ ਨੂਰਦੀਨ ਜਿਹਨਾਂ ਨੂੰ ਮੰਤਰੀ ਮੰਡਲ ਅੰਦਰ ਸ਼ਾਮਿਲ ਕੀਤਾ ਗਿਆ ਈਸਾਈ ਜਿਹੜੇ ਵਿਦੇਸ਼ੀ ਸਨ ਵੈਂਤੁਰਾ ਵਰਗਿਆਂ ਨੂੰ ਰਾਜ ਅੰਦਰ ਸ਼ਾਮਿਲ ਕੀਤਾ ਗਿਆ ਹਿੰਦੂ ਡੋਗਰੇ ਭਾਵਾਂ ਗਦਾਰੀ ਕਰ ਗਏ ਬੇੜਾ ਬਹਿ ਗਿਆ ਉਹਨਾਂ ਦਾ ਚੰਦ ਪੈਸਿਆਂ ਤੇ ਜਿਹੜੇ ਸਿਪਾਹੀ ਫੌਜ ਅੰਦਰ ਭਰਤੀ ਹੋ ਗਏ ਤੇ ਰਾਜ ਭਾਗ ਦੇ ਮਾਲਕ ਸਮਝਣ ਲੱਗ ਪਏ ਆਪਣੇ ਆਪ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਤਿਕਾਰ ਈਸਾਈਆਂ ਨੂੰ ਮਾਣ ਤੇ ਸਿੱਖਾਂ ਦਾ ਉਹ ਆਪਣਾ ਰਾਜ ਸੀ 12 ਸਾਲਾਂ ਦੀ ਉਮਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਿਤਾ ਦਾ ਦੇਹਾਂਤ ਹੋ ਗਿਆ ਪਿਤਾ ਦੀ ਮੌਤ ਤੋਂ ਬਾਅਦ ਕੋਈ ਵੀ ਜੰਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਰਿਆ ਨਹੀਂ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਲਾਏ ਗਿਆ
ਮੁਲਤਾਨ ਪਸ਼ਾਰ ਕਸ਼ਮੀਰ ਚੰਬਾ ਕੁੱਲੂ ਕਾਂਗੜਾ ਕੋਟ ਨਵਾਏ ਗਿਆ ਸ਼ਾਹ ਮੁਹੰਮਦਾ ਪੂਰੇ 50 ਵਰਸਾਂ ਰੱਜ ਕੇ ਰਾਜ ਕਮਾਏ ਗਏ ਪਰ ਕੁਛ ਸਮਾਂ ਐਸਾ ਬਣਿਆ ਕਿ ਸ਼ੇਰੇ ਪੰਜਾਬ ਮੰਜੇ ਤੇ ਲੰਮਾ ਪੈ ਗਿਆ ਤੇ ਆਖਰੀ ਦਿਨ ਬੜਿਆਂ ਨੂੰ ਸੱਦ ਕੇ ਬੜੇ ਦਿਲ ਦੀਆਂ ਬਾਤਾਂ ਸਾਂਝੀਆਂ ਕੀਤੀਆਂ ਪਰਿਵਾਰ ਨੂੰ ਬੁਲਾਇਆ ਤੇ ਹੰਸਿਕ ਡੋਗਰੇ ਨੂੰ ਬੁਲਾਇਆ ਹੱਥਾਂ ਵਿੱਚ ਹੱਥ ਲੈ ਕੇ ਕਹਿਣ ਲੱਗਾ ਯਾਰਾ ਚੱਲਿਆ ਅੱਜ ਲਾਜ ਨਿਭਾ ਜਾਈ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਦਾ ਵਾਸਤੇ ਦੁਨੀਆਂ ਤੋਂ ਤੁਰ ਗਿਆ ਮਹਾਰਾਜੇ ਦੀ ਮੌਤ ਹੋ ਗਈ ਮਹਿਲਾ ਅੰਦਰ ਸੋਗ ਸਾ ਗਿਆ ਜਿਹੜੇ ਸ਼ੇਰੇ ਪੰਜਾਬ ਨੂੰ ਪਾਰਸ ਆਖਿਆ ਕਰਦੇ ਸਨ ਤਾਂ ਹਾਂ ਮਾਰ ਕੇ ਰੋਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲੇ ਭੁੱਬਾ ਮਾਰ ਕੇ ਰੋ ਰਹੇ ਨੇ ਪਰ ਕਈਆਂ ਨੇ ਅੱਜ ਘਿਓ ਦੇ ਦੀਵੇ ਵਾਲੇ ਨੇ ਚੰਗਾ ਹੋਇਆ ਸ਼ੇਰੇ ਪੰਜਾਬ ਦੁਨੀਆਂ ਤੋਂ ਚਲੇ ਗਿਆ ਕਈਆਂ ਨੇ ਜਸ਼ਨ ਮਨਾਏ ਨੇ ਖੁਸ਼ੀ ਮਨਾਈ ਆ ਸਿਆਣੇ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਅੱਜ ਦੁਸ਼ਮਣ ਦੇ ਜਾਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਪਰ ਜਿਹੜੇ ਖੁਸ਼ੀ ਮਨਾਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਕਦੇ ਸਾਡੇ ਨਜ਼ਦੀਕੀ ਪਿਆਰ ਕਰਨ ਵਾਲੇ ਉਹਨਾਂ ਨੇ ਵੀ ਤੁਰ ਜਾਣਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੁੱਤਰ ਖੜਕ ਸਿੰਘ ਬੈਠਾ ਤਖ਼ਤ ਤੇ ਕਵਰ ਨਾਉ ਨੇ ਹਰ ਡੋਗਰਿਆਂ ਦੀ ਚਾਲ ਖੜਕ ਸਿੰਘ ਨੂੰ ਮਰਵਾ ਦਿੱਤਾ ਹੈ ਜ਼ਹਿਰ ਦੇ ਕੇ ਕਵਰ ਨਾਉ ਨੇ ਹਾਲ ਨੂੰ ਮਰਵਾ ਦਿੱਤਾ ਗਿਆ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਕਵਰ ਦਰੀਪ ਸਿੰਘ ਤਖ਼ਤ ਤੇ ਬੈਠਾ ਹੈ ਡੋਗਰੇ ਅੰਗਰੇਜ਼ਾਂ ਦੇ ਨਾਲ ਰਲ ਗਏ ਇਹਨਾਂ ਨੇ ਚਾਲ ਚੱਲੀ 84 ਪਿੰਡ ਸਿੱਖਾਂ ਦੇ ਅੰਗਰੇਜ਼ਾਂ ਦੇ ਅਧੀਨ ਕਰਵਾ ਦਿੱਤੇ ਦੀਵਾਨ ਦੀਨਾ ਨਾਥ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਖੜ ਕੇ ਰੋਇਆ ਕਰਲਾਇਆ ਕਹਿਣ ਲੱਗਾ ਓਏ ਸਰਦਾਰੋ ਜਿਉਂਦੇ ਜੀ ਇੱਕ ਇੰਚ ਵੀ ਅਸੀਂ ਜਗ੍ਹਾ ਦੁਸ਼ਮਣ ਨੂੰ ਦੇਣ ਨੂੰ ਤਿਆਰ ਨਹੀਂ ਲੈਂਦੇ ਵੱਲੋਂ ਆਉਂਦੇ ਪਠਾਣਾ ਦੇ ਰਾਹ ਸ਼ੇਰੇ ਪੰਜਾਬ ਨੇ ਸਦਾ ਵਾਸਤੇ ਰੋਕ ਕੇ ਰੱਖ ਦਿੱਤੇ ਲੁਟੇਰਿਆਂ ਦੇ ਰਾਹ ਪਰ ਅੱਜ ਉਤਰੇ ਹੋਏ ਅੰਗਰੇਜ਼ ਸਾਡੇ 84 ਪਿੰਡ ਮਲ ਕੇ ਬਹਿ ਗਏ ਨੇ ਲੰਮੀਆਂ ਦਾੜੀਆਂ ਲੈ ਕੇ ਅੰਗਰੇਜ਼ਾਂ ਦੇ ਬੂਟ ਝਾੜਨ ਵਾਸਤੇ ਸੋਚ ਰਹੇ ਹੋ ਸਰਦਾਰਾਂ ਨੂੰ ਇਹ ਬੋਲੀ ਲੱਗ ਗਈ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਜੰਗ ਕਰਨਾ ਚਾਹਿਆ ਪਹਿਲੀ ਲੜਾਈ ਫੇਰੂ ਮਾਨ ਦੀ ਮੁਦਕੀ ਦੀ ਹੋਈ ਹੈ ਫਿਰ ਫੇਰੂ ਮਾਨ ਦੀ ਹੋਈ ਖਾਲਸਾ ਫੌਜਾਂ ਬੜੇ ਜਾਹੋ ਜਲਾਲ ਦੇ ਨਾਲ ਲੜੀਆਂ ਪਰ ਆਖਰਕਾਰ ਹਾਰ ਗਈਆਂ ਕਿਉਂਕਿ ਡੋਗਰਿਆਂ ਦੀ ਗਦਾਰੀ ਦਾ ਕਰਕੇ ਰਹਿੰਦੀਆਂ ਫੌਜਾਂ ਨੂੰ ਮਰਵਾਉਣ ਵਾਸਤੇ ਡੋਗਰਿਆਂ ਦੀ ਚਾਲ ਹੈ ਸੁਭਰਾਵਾਂ ਦੇ ਮੈਦਾਨ ਅੰਦਰ ਇਹਨਾਂ ਸਿੱਖ ਖਾਲਸਾ ਫੌਜਾਂ ਨੂੰ ਮਰਵਾ ਦਿੱਤਾ ਜਾਵੇ ਇੱਕ ਸਰਦਾਰ ਦਿਲ ਚ ਦਰਿਆ ਦਰਦ ਲੈ ਕੇ ਜਿਹਦਾ ਨਾਮ ਹੈ ਵਰਿਆਮ ਸਿੰਘ ਘੋੜੇ ਤੇ ਸਵਾਰ ਹੋ ਕੇ ਮਹਿਲਾ ਵੱਲ ਚੱਲਿਆ ਪਹੁੰਚ ਗਿਆ ਮਹਿਲਾ ਵਿੱਚ ਅਹਿਲਕਾਰਾਂ ਨੂੰ ਕਿਹਾ ਮਹਾਰਾਣੀ ਜਿੰਦਾ ਨੂੰ ਮਿਲਾ ਦਿੱਤਾ ਜਾਵੇ ਕੋਈ ਜ਼ਰੂਰੀ ਗੱਲ ਕਰਨੀ ਹੈ ਸਿਪਾਹੀ ਬੜੀ ਕਾਹਲੀ ਦੇ ਨਾਲ ਮਹਾਰਾਣੀ ਜਿੰਦਾ ਦੇ ਵੱਲ ਨੂੰ ਵਧੇ ਨੇ ਜਾ ਕੇ ਸੁਨੇਹਾ ਦਿੱਤਾ ਸਰਦਾਰ ਵਰਿਆਮ ਸਿੰਘ ਆਇਆ ਵਰਿਆਮ ਸਿੰਘ ਵੱਲੋਂ ਮਹਾਰਾਣੀ ਜਿੰਦਾ ਮਿਲਣ ਵਾਸਤੇ ਆ ਰਹੀ ਹੈ ਪਰ ਜਦੋਂ ਵਰਿਆਮ ਸਿੰਘ ਦਾ ਚਿਹਰਾ ਤੱਕਿਆ ਇੱਕਦਮ ਦਿਲ ਚ ਹੌਲ ਉੱਠਿਆ ਮਹਾਰਾਣੀ ਨੂੰ ਪਤਾ ਲੱਗਿਆ ਕਿ ਕੋਈ ਚੰਗੀ ਖਬਰ ਨਹੀਂ ਮੱਥਾ ਠਰਕਿਆ ਵਰਿਆਮ ਸਿੰਘ ਦਾ ਚਿਹਰਾ ਦੱਸਦਾ ਹੈ ਕੋਈ ਚੰਗਾ ਸੁਨੇਹਾ ਨਹੀਂ ਲੈ ਕੇ ਆਇਆ ਚੰਗੀ ਖਬਰ ਨਹੀਂ ਲੈ ਕੇ ਆਇਆ ਵਰਿਆਮ ਸਿੰਘ ਜੀ ਕਿਵੇਂ ਆਏ ਹੋ ਮਹਾਰਾਣੀ ਜਿੰਦਾ ਦੇ ਪੁੱਛਣ ਦੀ ਦੇਰ ਧਾਹ ਨਿਕਲ ਗਈ ਭੁੱਬ ਨਿਕਲ ਗਈ ਅੱਖਾਂ ਚੋਂ ਹੰਝੂ ਕੇਰਦਾ ਵਰਿਆਮ ਸਿੰਘ ਸਾਰਾ ਹਾਲ ਇਉਂ ਸੁਣਾ ਰਿਹਾ ਜੰਗ ਚੋਂ ਜਿੰਦਾ ਕੋਲ ਆਇਆ ਉਸ ਰਾਜ ਮਾਤਾ ਨੂੰ ਆਣ ਕੇ ਉਹ ਹਾਲ ਸੁਣਾਇਆ ਰਾਜ ਮਾਤਾ ਨੂੰ ਆਣ ਕੇ ਉਹ ਹਾਲ ਸੁਣਾਇਆ ਸੁਣਾਇਆ ਕੀ ਦੱਸ
ਸਾਨੀ ਮਾਂ ਰਾਣੀਏ ਲਾ ਬਖਤ ਵਿਆਹਿਆ ਦਸਾਨੀ ਮਾਂ ਰਾਣੀਏ ਲਾ ਬਖਤ ਵਿਆਹਿਆ ਪੇਤੀ ਆਣ ਕੇ ਲੰਕਾ ਨੂੰ ਉਡਾਇਆ ਕਰਦੇ ਪੇਤੀ ਆਣ ਕੇ ਲੰਕਾ ਨੂੰ ਉਡਾਇਆ ਰਾਜ ਦਾ ਉਹਨਾਂ ਨੇ ਹੈ ਭੇਦ ਬਤਾਇਆ ਸਿੱਖ ਰਾਜ ਦਾ ਉਹਨਾਂ ਨੇ ਹੈ ਭੇਦ ਬਤਾਇਆ ਤਕੇ ਬਾਜ ਦਾ ਤਾਰ ਕੇ ਪੇਸ ਮੀਆਂ ਉਹ ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਰਹਿਣਾ ਉਹ ਸਦਾ ਨਹੀਂ ਏ ਕਲੜੇ ਕੇਸ ਮੀਆਂ ਜਵਾਨੀ ਤੇ ਐਸ਼ ਮਾਪੇ ਉਹ ਸਦਾ ਨਹੀਂ ਏ ਬਾਲ ਵਰੇਸ ਮੀਆਂ ਹੋ ਸੇਵਾ ਦੇਸ਼ ਦੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਉਹ ਗੱਲਾਂ ਕਰਨੀਆਂ ਢੇਰ ਸੁਖਲੀਆਂ ਹੋ ਜਿਨਾ ਦੇਸ਼ ਸੇਵਾ ਵਿੱਚ ਪਰ ਪਾਇਆ ਹੋਇਓਨਾ ਲੱਖਾਂ ਮੁਸੀਬਤਾਂ ਚੱਲੀਆਂ ਨੇ ਹੋਇਓਨਾ ਲੱਖਾਂ ਮੁਸੀਬਤਾਂ ਚੱਲੀਆਂ ਨੇ ਆਹ
ਸਿੱਖ ਰਾਜ ਦਾ ਉਹਨਾਂ ਨੇ ਹੈ ਭੇਦ ਬਤਾਇਆ ਕੋਮਲਾ ਬਣ ਕੇ ਆਪਣੇ ਉਹਨਾਂ ਸ਼ੁਰਾ ਚਲਾਇਆ ਕੋਮਲਾ ਬਣ ਕੇ ਆਪਣੇ ਉਹਨਾਂ ਸ਼ੁਰਾ ਚਲਾਇਆ ਉਹਨਾਂ ਸ਼ੁਰਾ ਚਲਾਇਆ ਉਹਨਾਂ ਸ਼ੁਰਾ ਚਲਾਇਆ ਕਵਰ ਦਰੀਪ ਸਿੰਘ ਤਖਤ ਤੇ ਬੈਠਾ ਵਜ਼ੀਰ ਲਾਲ ਸਿੰਘ ਸੈਨਾਪਤੀ ਕੇਰ ਸਿੰਘ ਬਣਿਆ ਗ੍ਰਹਿ ਗਦਾਰੀ ਕਰ ਗਿਆ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ 84 ਇਹਨਾਂ ਨੇ ਅੰਗਰੇਜ਼ਾਂ ਦੇ ਅਧੀਨ ਕਰਵਾ ਦਿੱਤੇ ਦੀਵਾਨ ਦੀਨਾ ਨਾਥ ਸ਼ੇਰੇ ਪੰਜਾਬ ਦੀ ਸਮਾਧ ਤੇ ਖੜ ਕੇ ਰੋਇਆ ਮਹਾਰਾਣੀ ਜਿੰਦਾ ਦੇ ਕੋਲ ਵਰਿਆਮ ਸਿੰਘ ਪਹੁੰਚਿਆ ਤਾਂ ਨਿਕਲ ਗਈ ਭੁੱਬ ਮਾਰ ਕੇ ਕਹਿਣ ਲੱਗਾ ਮਹਾਰਾਣੀ ਸਾਹਿਬਾ ਹੱਥ ਤੇ ਖਸਤੇ ਨੇ ਮਹਾਰਾਣੀ ਜਿੰਦਾ ਮੱਥਾ ਫੜ ਕੇ ਧਰਤ ਤੇ ਬਹਿ ਗਈ ਜਿਵੇਂ ਕਵਲ ਦਰੀਪ ਸਿੰਘ ਦੇ ਸਿਰ ਤੋਂ ਖੁਸ਼ ਦਾ ਤਾਜ ਨਜ਼ਰ ਆ ਰਿਹਾ ਹੋਵੇ 50 ਸਾਲਾਂ ਦਾ ਰਾਜ ਕਾਲ ਕਦੀ ਮਹਾਰਾਣੀ ਜਿੰਦਾ ਦੇ ਕੰਨਾਂ ਚ ਇਹ ਆਵਾਜ਼ ਨਹੀਂ ਸੀ ਪਈ ਖਾਲਸਾ ਫੌਜਾਂ ਹਾਰ ਗਈਆਂ ਮਹਾਰਾਣੀ ਜਿੰਦਾ ਨੂੰ ਵਰਿਆਮ ਸਿੰਘ ਨੇ ਦੱਸਿਆ ਮਹਾਰਾਣੀ ਸਾਹਿਬਾ ਮੁਕਤੀ ਦਾ ਜੰਗ ਖਾਲਸਾ ਫੌਜਾਂ ਹਾਰ ਗਈਆਂ ਫਿਰ ਮਾਨ ਦਾ ਜੰਗ ਹਾਰ ਗਈਆਂ ਸ਼ੇਰੇ ਪੰਜਾਬ ਦਾ ਰਾਜ ਪਰ ਹਾਂ ਮਹਾਰਾਣੀ ਜਿੰਦਾ ਦੇ ਕੰਨਾਂ ਚ ਇਹ ਆਵਾਜ਼ ਸੀ ਦੁਸ਼ਮਣ ਦੀਆਂ ਫੌਜਾਂ ਹਾਰ ਗਈਆਂ ਪਰ ਕਦੀ ਖਾਲਸਾ ਫੌਜਾਂ ਦੇ ਹਾਰਨ ਬਾਰੇ ਮਹਾਰਾਣੀ ਜਿੰਦਾ ਨੇ ਸੁਣਿਆ ਨਹੀਂ ਸੀ ਮੱਥਾ ਫੜ ਕੇ ਧਰਤ ਤੇ ਬਹਿ ਗਈ ਅੱਜ ਕੌਣ ਹੈ ਜਿਹੜਾ ਖਾਲਸੇ ਦੇ ਡੁੱਬਦੇ ਜਾਂਦੇ ਰਾਜ ਨੂੰ ਬਚਾ ਸਕਦਾ ਯਾਦ ਆਈ ਸ਼ੇਰੇ ਪੰਜਾਬ ਦੀ ਯਾਦ ਆਈ ਖੜਕ ਸਿੰਘ ਦੀ ਕਵਰਨਾ ਨਿਹਾਲ ਦੀ ਅਕਾਲੀ ਫੂਲਾ ਸਿੰਘ ਦੀ ਯਾਦ ਆਈ ਖਰੀ ਸਿੰਘ ਨਲੂਏ ਦੀ ਕੌਣ ਹੈ ਤੇ ਮਹਾਰਾਣੀ ਜਿੰਦਾ ਦੀ ਨਿਗਾਹ ਗਈ ਹੈ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਸਰਦਾਰ ਤੇ ਬੁੱਢਾ ਸਰਦਾਰ ਅਟਾਰੀ ਵਾਲੇ ਸਰਦਾਰ ਕਰਕੇ ਵੱਜਦੇ ਸਨ ਇੱਕ ਸਰਦਾਰ ਹੈ ਜਿਹੜਾ ਖਾਲਸੇ ਦੇ ਡੁੱਬਦੇ ਜਾਂਦੇ ਰਾਜ ਨੂੰ ਬਚਾ ਸਕੇ ਜਾਂ ਖਾਲਸਾ ਫੌਜਾਂ ਦੀ ਅਗਵਾਈ ਕਰ ਸਕੇ ਉਹ ਹੈ ਸ਼ਾਮ ਸਿੰਘ ਮਹਾਰਾਣੀ ਜਿੰਦਾ ਨੇ ਕਲਮ ਦਵਾਤ ਲਈ ਹੈ ਚੰਦ ਅਕਸ਼ਰ ਸ਼ਾਮ ਸਿੰਘ ਸਰਦਾਰ ਦੇ ਨਾਮ ਲਿਖੇ ਪਾਲ ਸਿੰਘ ਜੀ ਪੰਛੀ ਸਾਹਿਬਾਨ ਉਹਨਾਂ ਪੈਰਿਆਂ ਨੂੰ ਲਿਖਦੇ ਨੇ ਪੰਜ ਪੈਰਿਆਂ ਅੰਦਰ ਲਿਖਦੇ ਨੇ ਕਹਿੰਦੇ ਤੰਗ ਹੋ ਕੇ ਜਿੰਦ ਕੌਰ ਨੇ ਲਿਖਿਆ ਪਰਵਾਨਾ ਉਹਨੇ ਸ਼ਾਮ ਸਿੰਘ ਸਰਦਾਰ ਨੂੰ ਇੱਕ ਲਾਇਆ ਤਾਨਾ ਕਹਿੰਦੇ ਕਦੇ ਨਾਗ ਨਾ ਸੁਣਦੇ ਸੂਰਿਆ ਸੁਣ ਵੀਰ ਤਰਾਨਾ ਕਲ ਮੁਦਕੀ ਫੇਰੂ ਗੋਰਿਆ ਮਲ ਲਿਆ ਮਦਾਨਾ ਉੱਥੇ ਬੜੀਆਂ ਜਾਨਾਂ ਖੁੱਲੀਆਂ ਸਿੱਖ ਨੌਜਵਾਨਾਂ ਜਾਣ ਨਾ ਦਿੱਤੀ ਪੇਸ਼ ਕੋਈ ਘਰ ਦੇ ਬੇਈਮਾਨਾ ਜੇ ਦਿਲ ਵਿੱਚ ਧੜਕਣ ਕੌਮ ਦੀ ਆ ਸ਼ਾਮ ਕਮਾਨਾ ਜੇ ਤੂੰ ਨਾ ਲੜਿਆ ਸ਼ਮਾਂ ਤੇ ਬਣ ਕੇ ਪਰਵਾਨਾ ਕੱਲੂ ਮੈਨੂੰ ਜਾਪਦਾ ਖੋਜੂ ਪੰਜਾਬ ਅਗਾਨਾ ਉਹਦੇ ਨਿਕਲੇ ਹੂਕ ਜਿਗਰ ਚੋਂ ਸੀ ਪਾੜ ਕੇ ਸੀਨਾ ਸਾਡੇ ਮੂਹੇ ਅੱਗੇ ਆ ਗਏ ਅੰਗਰੇਜ਼ ਕਮੀਨਾ ਉਹਨੇ ਭੁੰਨੀਆਂ ਪਾਂਗ ਵਾਂਗ ਪਕੌੜਿਆਂ ਪਾਣੀ ਦੀਆਂ ਮੀਨਾ ਜੱਗ ਵਿੱਚ ਦੁਰਬਰ ਹੋ ਗਿਆ ਮਰਦਾਂ ਦਾ ਜੀਨਾ ਜੇ ਤੂੰ ਨਾ ਲੜਿਆ ਸੂਰਿਆ ਲੈ ਘੋੜਾ ਚੀਨਾ ਕੱਲੂ ਹੋਜੂ ਕੰਕਰਾਂ ਪੰਜਾਬ ਨਗੀਨਾ ਉਹਨੇ ਤੀਜੇ ਪੈਰੇ ਵਿੱਚ ਸੀ ਉਹ ਕਰੀ ਸੁਣਾਈ ਉਹਦੇ ਅੱਖਰ ਖੰਜੂ ਬਣ ਗਿਆ ਜਦ ਕਲਮਾ ਉਠਾਈ ਉਹਦੀ ਮੁਕਤੀ ਜਾਂਦੀ ਖੂਨ ਨਾਲ ਸੀ ਲਵਾ ਦੀ ਸ਼ਾਈ ਮੇਰੀ ਲੰਬੀ ਬੋੜੀ ਬਹੁਤ ਮੈਂ ਸੁਣ ਰਾਮ ਦਿਖਾਈ ਕਲ ਵਾਰੋ ਵਾਰੀ ਤੁਰ ਗਿਆ ਸਭ ਸੰਤ ਸਪਾਈ ਮੈਨੂੰ ਮੁੱਕਿਆ ਮਿਟਿਆ ਜਾਪ ਦਾ ਰਾਜ ਸਿੱਖਾ ਸਾਈ ਉਹਨੇ ਤਾਨੇ ਮੇੜੇ ਮਾਰ ਕੇ ਉਹ ਗੱਲ ਮੁਕਾਈ ਕਹਿੰਦੀ ਕਦੇ ਮੰਜੇ ਚੜ ਕੇ ਸੌਣ ਨਾ ਖੱਤਿਆਂ ਦੇ ਰਾਖੇ ਤੂੰ ਕੇਰਾ ਭਰਥੂ ਪਾ ਦੇ ਜਿੰਦਾ ਦੇ ਆਖੇ ਅੱਜ ਰੋਕੇ ਵੱਲੇ ਆਣ ਕੇ ਸਤਲੁਜ ਦੇ ਨਾਕੇ ਵਧੇ ਆਉਂਦੇ ਅਗਾਂਹ ਨੂੰ ਅੰਗਰੇਜ਼ ਦੇ ਕਾਕੇ ਜੇ ਖੂਨ ਰਜਾ ਵਿੱਚ ਖੋਲਦਾ ਤੇ ਪਾਪ ਟਾਕੇ ਉਹਨੇ ਪੰਜਵੇਂ ਪੈਰੇ ਅੰਦਰ ਲਿਖਿਆ ਕਹਿੰਦੀ ਖੁੰਦਾ ਬਾਬਾ ਦੀਪ ਸਿੰਘ ਹੱਥ ਖੰਡਾ ਫੜਦਾ
ਖੁੰਦਾ ਨਲੂਆ ਸ਼ੇਰ ਦੇ ਸੱਪ ਬਣ ਕੇ ਲੜਦਾ ਲਾ ਕੇ ਖਲ ਗੋਰਿਆਂ ਵਿੱਚ ਤੂੜੀ ਮੜਦਾ ਖੁੰਦਾ ਸ਼ੇਰ ਪੰਜਾਬ ਦਾ ਲੈ ਫੁਰਜਾ ਚੜਦਾ ਖੁੰਦਾ ਕਵਰ ਨੌ ਨਿਹਾਲ ਦਾ ਛਾਤੀ ਲੜਦਾ ਇੱਕ ਚਿੱਠੀ ਸ਼ਾਮ ਸਿੰਘ ਸਰਦਾਰ ਦੇ ਨਾਮ ਲਿਖੀ ਇਹ ਚਿੱਠੀ ਵਰਿਆਮ ਸਿੰਘ ਦੇ ਹੱਥ ਵਿੱਚ ਫੜਾ ਦਿੱਤੀ ਵਰਿਆਮ ਸਿੰਘ ਹੋਇਆ ਘੋੜੇ ਤੇ ਸਵਾਰ ਕਾਲੀ ਦੇ ਨਾਲ ਤੇਜ਼ੀ ਦੇ ਨਾਲ ਘੋੜਾ ਲੈ ਕੇ ਪਹੁੰਚਿਆ ਅਟਾਰੀ ਵੱਲੋਂ ਪਹੁੰਚ ਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਕੋਲ ਸਵੇਰ ਦਾ ਟਾਈਮ ਹੈ ਨਿਤਨੇਮ ਕਰਕੇ ਘਰ ਦੇ ਵਿਹੜੇ ਵਿੱਚ ਮੰਜੀ ਤੇ ਬੈਠਾ ਸਰਦਾਰ ਸ਼ਾਮ ਸਿੰਘ ਵਰਿਆਮ ਸਿੰਘ ਪਹੁੰਚ ਗਿਆ ਘੋੜੇ ਤੋਂ ਉਤਰਦਿਆਂ ਦੇਖ ਸਰਦਾਰ ਮੰਜੇ ਤੋਂ ਉੱਠਿਆ ਤੇ ਵਰਿਆਮ ਸਿੰਘ ਵੱਲ ਉਤਰ ਪਿਆ ਵਰਿਆਮ ਸਿੰਘ ਜੀ ਕਿਵੇਂ ਆਏ ਹੋ ਖਾਲਸਾ ਫੌਜਾਂ ਦਾ ਕੀ ਹਾਲ ਹੈ ਲਾਹੌਰ ਦਰਬਾਰ ਦੀ ਖਬਰ ਸੁਣਾਓ ਸਰਦਾਰ ਸਾਹਿਬ ਹਾਲ ਬੜੇ ਮਾੜੇ ਨੇ ਖਸਤਾ ਖਲਤ ਨੇ ਮੁਦਕੀ ਫੇਰੂ ਮਾਨ ਦੀ ਜੰਗ ਖਾਲਸਾ ਫੌਜਾਂ ਹਰ ਗਈਆਂ ਡੋਗਰਿਆਂ ਦੀ ਗਦਾਰੀ ਉਹ ਬਿਨਾਂ ਵਜ੍ਹਾ ਤੋਂ ਫੌਜ ਲੈ ਕੇ ਜੰਗ ਦੇ ਮੈਦਾਨ ਚੋਂ ਭੱਜ ਦੌੜੇ ਕਈ ਤੋਪਾਂ ਕਈ ਤੋਸ਼ੇ ਖਾਨੇ ਦੁਸ਼ਮਣ ਨੇ ਲੁੱਟ ਲਏ ਉਹ ਮਹਾਰਾਣੀ ਸਾਹਿਬਾਂ ਨੇ ਤੁਹਾਨੂੰ ਇੱਕ ਚਿੱਠੀ ਲਿਖੀ ਹੈ ਆਪਣੇ ਖੱਤ ਵਿੱਚ ਫੜੀ ਹੋਈ ਚਿੱਠੀ ਜਿਵੇਂ ਵਰਿਆਮ ਸਿੰਘ ਨੇ ਸਰਦਾਰ ਸ਼ਾਮ ਸਿੰਘ ਦੇ ਹੱਥ ਵਿੱਚ ਫੜਾਈ ਹੈ ਉਸ ਸਮੇਂ ਦਾ ਹਰ ਢਾਡੀ ਜਥਾ ਕਿਉਂ ਬਿਨੇ ਕਰ ਸ਼ਾਮ ਸਿੰਘ ਸਰਦਾਰਿਓ ਪਹਿਲਾ ਹੋਕਾ ਲਿਆ ਸੀ ਪਹਿਲਾ ਹੋਕਾ ਲਿਆ ਸੀ ਤੇ ਲਿਆ ਰਾਣੀ ਸਰਦਾਰਿਓ ਦੇ ਅੱਖਾਂ ਵਿੱਚ ਸੀ ਜਾਪਦੇ ਅੱਖਾਂ ਵਿੱਚ ਸੀ ਜਾਪਦੇ ਜੋ ਚੱਲ ਪਈ ਅੰਗਿਆਰਿਓ ਦਾ ਖੂਨ ਵਾਲੇ ਖਾਮਦਾ ਤੇਜ ਹੋਏ ਰਫਤਾਰ ਹੋਦੇ ਰੋਮ ਜਿਸਮ ਦੇ ਉਭਰੇ ਹੋ ਜੇਕਰ ਜ਼ਿੰਦਗੀ ਹੈ ਤਾਂ ਸ਼ੇਰ ਦੀ ਹੈ ਉਹ ਜੇਕਰ ਜ਼ਿੰਦਗੀ ਹੈ ਤਾਂ ਸ਼ੇਰ ਦੀ ਹੈ ਉਹ ਬਿਆਬਾਨ ਦੇ ਵਿੱਚ ਜੋ ਬੁਕਦਾ ਹੈ ਉਹ ਬੇਖੌਫ ਤੋੜਦਾ ਕਰੇ ਨੀਵੀ ਉਹ ਕਦੇ ਕਿਦੜਾ ਵਾਂਗ ਨਾ ਲੁਕਦਾ ਹੈ ਉਹ ਜਿਹਨੇ ਪਾਜਣਾ ਹੈ ਮਿੱਥੇ ਨਿਸ਼ਾਨਿਆਂ ਤੇ ਉਹ ਨਾ ਦੇਖ ਤੂਫਾਨ ਨੂੰ ਰੁਕਦਾ ਏ ਉਹ ਨਾ ਦੇਖ ਤੂਫਾਨ ਨੂੰ ਰੁਕਦਾ ਉਹ ਨਾ ਦੇਖ ਤੂਫਾਨ ਨੂੰ ਰੁਕਦਾ ਏ
ਜਿਸਮ ਦੇ ਉੱਪਰੇ ਚੋ ਤਿੱਖੇ ਨੇ ਕੰਡਿਆਰਿਓ ਦੇ ਅੱਖਾਂ ਮੂਰੇ ਘੁੰਮਦੇ ਨਿਮਕ ਹਰਾਮ ਗਦਾਰਿਓ ਨੂੰ ਗੁੱਸੇ ਅਤੇ ਕ੍ਰੋਧ ਦਾ ਗੁੱਸੇ ਅਤੇ ਕ੍ਰੋਧ ਦਾ ਸੀ ਚੜਿਆ ਤੇਜ ਬੁਖਾਰਿਓ ਨੇ ਤੇਰੇ ਅਰਦਾਸਾਂ ਸੋਧਿਆ ਬੂਥਾ ਪੰਨ ਕੇ ਦੁਸ਼ਟਾਂ ਦਾ ਗਰਜਦੇ ਨੇ ਉਹ ਰੋਹ ਵਿੱਚ ਛੱਡ ਦੇ ਕੌਮੀ ਜਕਾਰਿਆਂ ਨੂੰ ਸੋਤਾ ਲਾਉਣ ਤੋਂ ਜਰਾ ਵੀ ਝਿਜਕਦੇ ਨਾ ਉਹ ਪੰਥ ਦੋਖੀਆਂ ਅਤੇ ਹੰਕਾਰਿਆਂ ਨੂੰ ਸਿਮਰਿਆ ਸਤ ਕਰਤਾਰਿਓ ਸ਼ੂਕੇ ਵਾਂਗ ਤੂਫਾਨ ਦੇ ਸ਼ੂਕੇ ਵਾਂਗ ਤੂਫਾਨ ਦੇ ਹੱਥ ਲੈ ਨੰਗੀ ਤਲਵਾਰ ਹੱਥ ਲੈ ਨੰਗੀ ਤਲਵਾਰ ਸੰਗਤਾਂ ਵੱਲੋਂ ਢਾਡੀ ਜੱਥੇ ਦੇ ਮਾਣ ਸਤਿਕਾਰ ਅੰਦਰ ਮਾਇਆ ਭੇਜੀ ਜਾ ਰਹੀ ਹੈ ਧੰਨਵਾਦ ਕਰਦੇ ਹਾਂ ਮਹਾਰਾਜ ਰਹਿਮਤ ਕਰਨ ਚੜ੍ਹਦੀ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਹੈ ਸਰਦਾਰ ਦੇ ਖੱਤ ਵਿੱਚ ਵਰਿਆਮ ਸਿੰਘ ਨੇ ਫੜਾਈ ਤੇ ਸਰਦਾਰ ਨੇ ਪੜ੍ਹੀ ਚਿੱਠੀ ਡੋਲੇ ਫਰਕੇ ਜਿਵੇਂ ਜਵਾਨੀ ਦੇ ਦਿਨ ਦੁਬਾਰਾ ਆ ਗਏ ਹੁਣ ਸਰਦਾਰ ਨਿਹਾਲ ਸਿੰਘ ਦਾ ਪੁੱਤਰ ਹੈ ਸ਼ਾਮ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਇਹਦਾ ਬੜਾ ਸਤਿਕਾਰ ਤੇ ਨਿਹਾਲ ਸਿੰਘ ਦਾ ਵੀ ਖਾਲਸਾ ਪਰਜਾ ਅੰਦਰ ਬੜਾ ਸਤਿਕਾਰ ਸੀ ਇੱਕ ਸਮੇਂ ਸ਼ੇਰੇ ਪੰਜਾਬ ਬਿਮਾਰ ਪੈ ਗਿਆ ਵੈਦਾਂ ਡਾਕਟਰਾਂ ਹਕੀਮਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਬਚਣਾ ਮੁਸ਼ਕਿਲ ਹੈ ਪਤਾ ਲੱਗਾ ਸਰਦਾਰ ਨਿਹਾਲ ਸਿੰਘ ਨੂੰ ਘਰੋਂ ਪੇਸੀ ਇਸ਼ਨਾਨ ਕਰਕੇ ਤੁਰਪੇ ਮਹਿਲਾਂ ਦੇ ਵੱਲ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਪਹੁੰਚ ਗਿਆ ਜਾ ਕੇ ਮੰਜੇ ਨੂੰ ਪਰਿਕਰਮਾ ਕੀਤੀ ਹੈ ਪਰਿਕਰਮਾ ਕਰਕੇ ਹੱਥ ਜੋੜ ਕੇ ਅਰਦਾਸ ਕੀਤੀ ਸੁਨਾਣੇ ਵਾਲੇ ਪਾਸੇ ਖੜੋ ਕੇ ਕਹਿਣ ਲੱਗੇ ਪਰਮਾਤਮਾ ਵਾਹਿਗੁਰੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਨੂੰ ਹਜੇ ਬੜੀ ਲੋੜ ਹੈ ਮਹਾਰਾਜਾ ਸਾਹਿਬ ਦੀ ਬਿਮਾਰੀ ਮੈਨੂੰ ਲੱਗ ਜਾਵੇ ਤੇ ਮੇਰੀ ਉਮਰ ਸ਼ੇਰੇ ਪੰਜਾਬ ਨੂੰ ਲੱਗ ਜਾਵੇ ਇਸ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਕੀਤੀ ਕਈ ਵਾਰੀ ਅੱਜ ਵੀ ਅਸੀਂ ਕਹਿੰਦੇ ਹਾਂ ਨਾ ਅਰਦਾਸ ਪਰਮਾਤਮਾ ਸੁਣਦਾ ਨਹੀਂ ਪਰਮਾਤਮਾ ਸੁਣਦਾ ਹੈ ਉਹਦੇ ਘਰ ਅੰਦਰ ਦੇਰ ਹੈ ਅੰਧੇਰ ਨਹੀਂ ਪਰਮਾਤਮਾ ਮਿਲਦਾ ਕਿੱਥੋਂ ਹੈ ਪਰਮਾਤਮਾ ਪ੍ਰਾਪਤ ਕਿੱਥੋਂ ਹੁੰਦਾ ਹੈ ਕਈ ਵਾਰੀ ਲੋਕ ਭਾਈ ਸਾਹਿਬ ਵੀ ਸਾਡੇ ਤੋਂ ਪਹਿਲਾਂ ਗੱਲ ਕਰ ਰਹੇ ਸਨ ਵੀ ਰੱਬ ਕਈ ਕਹਿੰਦੇ ਜੀ ਗੁਰੂ ਘਰ ਕੀ ਕਰਨ ਵਾਸਤੇ ਜਾਣਾ ਨਾਮ ਕਾਹਦੇ ਲਈ ਜਪਣਾ ਬਾਣੀ ਕਿਉਂ ਪੜ੍ਹਨੀ ਹੈ ਗੁਰਦੁਆਰਾ ਸਾਹਿਬ ਕਿਉਂ ਜਾਣਾ ਮੱਥਾ ਕਿਉਂ ਟੇਕਣਾ ਮੱਥਾ ਟੇਕਣ ਦਾ ਵੀ ਇੱਕ ਮਕਸਦ ਹੈ ਕੋਈ ਕਾਇਦਾ ਕਾਨੂੰਨ ਨਹੀਂ ਕਿ ਵੱਡੇ ਮੱਥਾ ਟੇਕਦੇ ਤੇ ਬੱਚੇ ਵੀ ਦੇਖ ਕੇ ਟੇਕਣ ਲੱਗ ਪੈਂਦੇ ਜਿਹੜੀ ਸਾਡੇ ਵੱਡੇ ਵਡੇਰਿਆਂ ਦੀ ਪਰੰਪਰਾ ਉਹ ਚੱਲੀ ਆ ਰਹੀ ਹੈ ਕਈ ਵਾਰੀ ਆਪਾਂ ਆਮ ਜ਼ਿੰਦਗੀ ਚ ਸ਼ਬਦ ਵਰਤੇ ਕਹਿ ਦਿੰਦੇ ਹਾਂ ਵੀ ਆਹ ਫਲਾਨਾ ਕੰਮ ਕਰਕੇ ਕੀ ਕਰਨਾ ਹੈ ਜੋ ਸਾਡੇ ਮੱਥੇ ਦੀਆਂ ਲਕੀਰਾਂ ਤਕਦੀਰਾਂ ਲਿਖੀਆਂ ਗਈਆਂ ਹੋਣਾ ਤੇ ਉਹੀ ਹੈ ਨਾ
ਪਰ ਜਦੋਂ ਅਸੀਂ ਮਸਤਕ ਗੁਰੂ ਚਰਨਾਂ ਅੰਦਰ ਲਾਉਂਦੇ ਹਾਂ ਮੱਥਾ ਟੇਕਦੇ ਹਾਂ ਤੇ ਕਈ ਵਾਰੀ ਸਾਡੇ ਮੱਥੇ ਦੇ ਲਕੀਰਾਂ ਲੇਖ ਉੱਠੇ ਲਿਖੇ ਗਏ ਹੁੰਦੇ ਨੇ ਪਰ ਜਦੋਂ ਉਹੀ ਮਸਤਕ ਅਸੀਂ ਗੁਰੂ ਚਰਨਾਂ ਅੰਦਰ ਲਾਉਂਦੇ ਹਾਂ ਸਾਡੇ ਮੱਥੇ ਦੀਆਂ ਪੁੱਠੀਆਂ ਲਿਖੀਆਂ ਗਈਆਂ ਲਕੀਰਾਂ ਲਿਖੇ ਗਏ ਲੇਖ ਵੀ ਸਿੱਧੇ ਹੋ ਜਾਂਦੇ ਨੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੁਣ ਕਈ ਕਹਿੰਦੇ ਜੀ ਰੱਬ ਨਾਲ ਜੁੜਦੇ ਆ ਪਤਾ ਕਿੱਦਾਂ ਲੱਗੇ ਇਨਸਾਨ ਰੱਬ ਨਾਲ ਜੁੜ ਗਿਆ ਮੈਂ ਗੱਲ ਕਹਿੰਦੀ ਹੁੰਦੀ ਹਾਂ ਤੁਸੀਂ ਜਦੋਂ ਗੁਰੂ ਘਰ ਆਓ ਨਾ ਗੁਰੂ ਦਾ ਪਿਆਰਾ ਬਾਣੀ ਪੜ੍ਹ ਰਿਹਾ ਤੁਸੀਂ ਬਾਣੀ ਸੁਣੋ ਤੇ ਤੁਹਾਨੂੰ ਸੁਣਦੇ ਆ ਚੇਤਾ ਹੀ ਭੁੱਲ ਗਿਆ ਤੁਸੀਂ ਬੈਠੇ ਕਿੱਥੇ ਹੋ ਕੋਈ ਗੁਰੂ ਦਾ ਪਿਆਰਾ ਗੁਰੂ ਦੀ ਗੱਲ ਕਰ ਰਿਹਾ ਗੁਰੂ ਦੀ ਬਾਤ ਪਾ ਰਿਹਾ ਸੁਣਦਿਆਂ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿੱਧਰੋਂ ਆਏ ਕਿੱਧਰ ਜਾਣਾ ਕਿੱਥੇ ਬੈਠੇ ਕਿੰਨਾ ਟਾਈਮ ਹੋ ਗਿਆ ਤੁਹਾਡਾ ਧਿਆਨ ਸਿਰਫ ਗੁਰੂ ਦੇ ਪਿਆਰੇ ਦੀ ਗੱਲ ਸੁਣਨ ਵਾਸਤੇ ਬਾਣੀ ਸੁਣਨ ਵਾਸਤੇ ਸਮਝ ਲਓ ਤੁਸੀਂ ਰੱਬ ਨਾਲ ਜੁੜ ਗਏ ਤੁਹਾਡੀ ਬਿਰਤੀ ਰੱਬ ਨਾਲ ਜੁੜ ਗਈ ਪਰਮਾਤਮਾ ਨਾਲ ਜੁੜ ਗਈ ਤੇ ਸਤਜਣੋ ਜਦੋਂ ਅਵਸਥਾ ਅਜਿਹੀ ਬਣ ਜਾਵੇ ਆਪਾਂ ਮਹਾਂਪੁਰਸ਼ਾਂ ਨੂੰ ਮਾਣ ਕਿਉਂ ਦਿੰਦੇ ਹਾਂ ਕਿਉਂ ਸਾਧੂਆਂ ਨੂੰ ਮੰਨਦੇ ਹਾਂ ਕਿਉਂ ਸੰਤਾਂ ਨੂੰ ਮੰਨਦੇ ਹਾਂ ਕਿਉਂ ਉਹਨਾਂ ਦੇ ਦਿਨ ਮਨਾਉਂਦੇ ਹਾਂ ਕਿਉਂਕਿ ਉਹ ਰੱਬ ਨਾਲ ਜੁੜੇ ਹੁੰਦੇ ਨੇ ਤੇ ਜਿਹੜੇ ਰੱਬ ਨਾਲ ਜੁੜ ਜਾਂਦੇ ਉਹਨਾਂ ਦੀ ਆਮ ਲੋਕਾਂ ਨੂੰ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ ਸਾਧੂ ਕਿਹੜਾ ਜਿਹੜਾ ਮਨ ਨੂੰ ਸਾਧ ਲੈਂਦਾ ਮਨ ਨੂੰ ਸਾਧਣਾ ਕੀ ਮਨ ਨੂੰ ਵਸ ਕਰ ਲੈਣਾ ਸੰਤ ਕਿਹੜਾ ਜਿਹੜਾ ਸੰਸੇ ਤੋਂ ਰਹਿਤ ਹੋਵੇ ਜਪ ਜੀ ਸਾਹਿਬ ਦੀਆਂ ਜਪ ਜੀ ਸਾਹਿਬ ਦੀਆਂ ਹਨ ਪੌੜੀਆਂ ਜੋ ਇਹ ਤਾਂ ਪੌੜੀਆਂ ਸਵਰਗ ਦੇ ਧਾਮ ਦੀਆਂ ਇੱਕ ਇੱਕ ਤੁੱਕ ਅੰਦਰ ਇੱਕ ਇੱਕ ਸ਼ਬਦ ਅੰਦਰ ਭਰੀਆਂ ਹੋਈਆਂ ਨੇ ਬਰਕਤਾਂ ਨਾਮ ਦੀਆਂ ਸੁਖਮਣੀ ਸਾਹਿਬ ਨੂੰ ਸੁੱਖਾਂ ਦੀ ਮਨੀ ਸਮਝੋ ਉਹ ਪੱਟੇ ਜੜਾਂ ਕ੍ਰੋਧ ਤੇ ਕਾਮ ਦੀਆਂ ਉਸ ਬੰਦੇ ਦਾ ਸਮਝੋ ਸਫਲ ਜੀਵਨ ਉਹ ਰੱਟਾਂ ਲਾਈਆਂ ਜਿਸ ਰਾਮ ਨਾਮ ਦੀਆਂ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਪਰਮਾਤਮਾ ਕੀ ਹੈ ਗੱਲ ਮੈਂ ਕਰੀ ਆ ਅਰਦਾਸ ਦੀ ਅਰਦਾਸ ਪਰਮਾਤਮਾ ਅੱਜ ਵੀ ਸੁਣਦਾ ਨਿਹਾਲ ਸਿੰਘ ਨੇ ਅਰਦਾਸ ਕੀਤੀ ਸੱਜਿਆ ਪਾਤਸ਼ਾਹ ਮੇਰੀ ਉਮਰ ਸ਼ੇਰੇ ਪੰਜਾਬ ਨੂੰ ਲੱਗ ਜਾਵੇ ਤੇ ਇਹਨਾਂ ਦੀ ਬਿਮਾਰੀ ਮੈਨੂੰ ਲੱਗ ਜਾਵੇ ਇਹ ਅਰਦਾਸ ਕਰਕੇ ਨਿਹਾਲ ਸਿੰਘ ਘਰੇ ਚਲੇ ਗਿਆ ਜਾਂਦੇ ਮੰਜੇ ਤੇ ਲੰਮੇ ਪੈ ਗਿਆ ਨਿਹਾਲ ਸਿੰਘ ਦੀ ਹਾਲਤ ਜਿਹੜੀ ਦਿਨੋਂ ਦਿਨ ਸਿਹਤ ਵਿਗੜਨੀ ਸ਼ੁਰੂ ਹੋ ਗਈ ਤੇ ਸ਼ੇਰੇ ਪੰਜਾਬ ਤੰਦਰੁਸਤ ਹੋਣੇ ਸ਼ੁਰੂ ਹੋ ਗਏ ਇੱਕੀਵੇਂ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਮੰਜੇ ਤੋਂ ਉੱਠ ਕੇ ਇਸ਼ਨਾਨ ਕੀਤਾ ਹੈ ਉਧਰ ਸਰਦਾਰ ਨਿਹਾਲ ਸਿੰਘ ਦੀ ਮੌਤ ਹੋ ਗਈ ਆਖਰੀ ਇਸ਼ਨਾਨ ਇੱਕੀਵੇਂ ਦਿਨ ਸਰਦਾਰ ਨਿਹਾਲ ਸਿੰਘ ਨੂੰ ਕਰਾਇਆ ਗਿਆ ਨਿਹਾਲ ਸਿੰਘ ਨੇ ਜਿਹੜੀ ਅਰਦਾਸ ਕੀਤੀ ਸੀ ਉਹ ਅਰਦਾਸ ਪ੍ਰਵਾਨ ਹੋਈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਿਹਾਲ ਸਿੰਘ ਦੇ ਸੰਸਕਾਰ ਤੇ ਆਪ ਅਟਾਰੀ ਚੱਲ ਕੇ ਪਹੁੰਚੇ ਉਹ ਨਿਹਾਲ ਸਿੰਘ ਦਾ ਪੁੱਤਰ ਹੈ ਸ਼ਾਮ ਸਿੰਘ ਮਹਾਰਾਣੀ ਜਿੰਦਾ ਨੂੰ ਲੱਗਿਆ ਇੱਕ ਸਰਦਾਰ ਹੈ ਅਗਵਾਈ ਕਰ ਸਕਦਾ ਭਾਵਾਂ ਬੁਢੇਪੇ ਵੱਲ ਨੂੰ ਜਾ ਰਿਹਾ ਇਹ ਜਰਨੈਲ ਖਾਲਸਾ ਫੌਜਾਂ ਦੀ ਅਗਵਾਈ ਕਰ ਸਕਦਾ ਹੈ ਸ਼ਾਮ ਸਿੰਘ ਸਰਦਾਰ ਨੇ ਚਿੱਠੀ ਪੜੀ ਆਇਆ ਰੋ ਡੋਲੇ ਭਰ ਕੇ ਨੇਤਰ ਲਾਲ ਸੂਰਮੇ ਨੇ ਇੱਕ ਕਲਮ ਦਵਾ ਤੇ ਕਾਗਜ਼ ਆਪਣੇ ਵੱਲੋਂ ਲਿਖਿਆ ਤੇ ਚੰਦ ਲੈ ਕੇ ਚੰਦ ਅਕਸ਼ਰ ਮਹਾਰਾਣੀ ਜਿੰਦਾ ਨੂੰ ਲਿਖੇ ਨੇ ਮਹਾਰਾਣੀ ਸਾਹਿਬਾ ਜਿੰਨਾ ਚਿਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਾਂਦਾ ਪੰਜਾਬ ਨੂੰ ਤੱਤੀ ਵਾਹ ਨਹੀਂ ਲੱਗ ਸਕਦੀ ਮਰ ਗਿਆ ਤੇ ਰੱਬ ਰਾਖਾ ਜੰਗ ਦੇ ਮੈਦਾਨ ਅੰਦਰ ਸਰਦਾਰ ਜਾਵੇਗਾ ਬੇਫਿਕਰ ਹੋ ਜਾਓ ਇਹ ਚਿੱਠੀ ਵਰਿਆਮ ਸਿੰਘ ਨੂੰ ਫੜਾ ਦਿੱਤੀ ਹੈ ਮਹਾਰਾਣੀ ਜਿੰਦਾ ਨੂੰ ਦੇ ਦੇਣਾ ਹੈ ਤੇ ਮਹਾਰਾਣੀ ਜਿੰਦਾ ਨੇ ਕੀ ਉਸ ਚਿੱਠੀ ਦੇ ਅੰਦਰ ਲਿਖਿਆ ਜੋ ਸ਼ਾਮ ਸਿੰਘ ਦੇ ਨਾਮ ਲਿਖੀ ਹੈ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਹੇ ਹੋ ਕਿ ਚਿਤ ਵਿਚਾਰ ਸਿੰਘਾ ਜੰਗ ਮੁਦਕੀ ਫੇਰੂ ਸ਼ਹਿਰ ਵਾਲੀ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾ ਤੋਂ ਹਾਰ ਦੇ ਮੇੜੇ ਜੰਗ ਦਿੰਦਾ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ ਉਹ ਤੇਰ ਸਿੰਘਾਂ ਦੀ ਖੁੱਡੀ ਨਹੀਂ ਹੋਈ ਹੈ ਪਰ ਆਪਣੇ ਹੋ ਗਏ ਗਦਾਰ ਸਿੰਘਾ ਹਜੇ ਵੇਲਾ ਹੀ ਵਕਤ ਸੰਭਾਲ ਲੈ ਤੂੰ ਰੁੜੀ ਜਾਂਦੀ ਪੰਜਾਬ ਦੀ ਪੱਤ ਰੱਖ ਲੈ ਲੈਂਦੀ ਦੇਖਦੀ ਪੱਗ ਰਣਜੀਤ ਸਿੰਘ ਦੀ ਮੋਏ ਮਿੱਤਰ ਦੀ ਸੋਹਣਿਆ ਲਾਜ ਰੱਖ ਲੈ ਕੀ ਲਿਖਦੀ ਹੈ ਮਹਾਰਾਣੀ ਸਾਹਿਬਾ ਢਾਡੀ ਕਥਾ ਇਉਂ ਵੀ ਨਿਕਲ ਰਹੀ
ਲਿਖਦੀ ਸ਼ਾਮ ਸਿਆ ਖਾਤੇ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਖਾਤੇ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਆਈ ਤਾਰ ਮੁਦਗੀ ਤੋਂ ਆਈ ਤਾਰ ਮੁਦਗੀ ਤੋਂ ਆਈ ਤਾਰ ਮੁਦਗੀ ਤੋਂ ਖਬਰਾਂ ਜਿੰਦ ਕੌਰ ਨੇ ਪੜੀਆਂ ਕੀ ਪਾਣਾ ਵਰਤ ਗਿਆ ਕੀ ਪਾਣਾ ਵਰਤ ਗਿਆ ਕਮੀਆਂ ਹਨ ਹਿਰਦੇ ਵਿੱਚ ਵੜੀਆਂ ਕੀ ਪਾਣਾ ਵਰਤ ਗਿਆ ਕਮੀਆਂ ਹਨ ਹਿਰਦੇ ਵਿੱਚ ਵੜੀਆਂ ਉੱਠ ਸ਼ੇਰ ਪੰਜਾਬ ਦਿਆ ਉੱਠ ਸ਼ੇਰ ਪੰਜਾਬ ਦਿਆ ਤੇਰੇ ਮਾਚੋ ਉਲਗੀ ਤਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਫੌਜ ਦੀਆਂ ਤਿੰਨ ਧਾਕਾਂ ਫੌਜ ਦੀਆਂ ਕਾਬਲ ਟੱਪ ਕੰਧਾਰੀ ਆ ਗਈ ਅੱਜ ਪੰਜ ਦਰਿਆਵਾਂ ਦੇ ਅੱਜ ਪੰਜ ਦਰਿਆਵਾਂ ਦੇ ਹਾਰ ਮੋੜ ਗਣੇ ਵਿੱਚ ਪਾਈ ਅੱਜ ਪੰਜ ਦਰਿਆਵਾਂ ਦੇ ਹਾਰ ਮੋੜ ਗਣੇ ਵਿੱਚ ਪਾਈ ਜੱਗ ਜਿਉਣਾ ਧਰਮ ਨਹੀਂ ਜੱਗ ਜਿਉਣਾ ਧਰਮ ਨਹੀਂ ਕਹਿਣਾ ਸੱਚ ਜਨਮ ਹਿਲ ਨਾ ਜਾਣੀ ਕਹਾਂ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਕਹਾਂ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਹੌਸਲੇ ਚੱਲੇ ਸੀ ਪਰ ਹੌਸਲੇ ਚੱਲੇ ਸੀ ਪਰ ਹੌਸਲੇ ਚੱਲੇ ਨਾ ਗੰਮੀ ਖਾਨ ਬਣ ਗਿਆ ਖੰਨਾ ਬਦਲੇ ਲੈ ਲੈ ਨਾ ਤੋ ਘੇਰਾ ਫੇਰ ਫੇਰ ਕਰ ਪਾਨਾ ਬਦਲੇ ਲੈ ਲੈ ਨਾ ਤੋ ਘੇਰਾ ਫੇਰ ਫੇਰ ਕਰ ਪਾਨਾ ਬਾਜੀ ਜਿੱਤ ਕੇ ਹਰ ਕੀ ਵੇ ਫੌਜੇ ਸੂਰਮਿਆਂ ਦੀ ਟਾਣੀ ਬਾਜੀ ਜਿੱਤ ਕੇ ਹਰ ਕੀ ਵੇ ਬਾਜੀ ਜਿੱਤ ਕੇ ਹਰ ਕੀ ਵੇ ਫੌਜੀ ਸੂਰਮਿਆਂ ਦੀ ਟਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਜਦੋਂ ਦੇਸ਼ ਤਿਆਂ ਫੁੱਤ ਹੈ ਆਉਣ ਪੈਂਦੀ ਉਹ ਜਦੋਂ ਦੇਸ਼ ਤਿਆਂ ਫੁੱਤ ਹੈ ਆਉਣ ਪੈਂਦੀ ਤੇ ਆਪਾਂ ਵਾਰੀ ਨਾ ਪੈਂਦੇ ਖਾਲਸੇ ਨੂੰ ਉਹ ਚੜੀਆਂ ਪਾਰ ਸ਼ਰੀਕੇ ਵਾਲਿਆਂ ਦਾ
ਸਿਰੋਂ ਉਤਾਰਨਾ ਪੈਂਦਾ ਖਾਲਸੇ ਨੂੰ ਉਹ ਆਪਣੀ ਤਾਣ ਨੂੰ ਕਰਕੇ ਗਿੱਠੀ ਉੱਚੀ ਓਏ ਆਪਣੀ ਤਾਣ ਨੂੰ ਕਰਕੇ ਗਿੱਠੀ ਉੱਚੀ ਫਿਰ ਲਲਕਾਰਨਾ ਪੈਂਦਾ ਖਾਲਸੇ ਨੂੰ ਉਹ ਫਿਰ ਖੂਨ ਦੀ ਬਿਲਿਆ ਪਾ ਚਰਵੀ ਪਾਂਬੜੇ ਠਾਰਨਾ ਪੈਂਦਾ ਖਾਲਸੇ ਨੂੰ ਉਹ ਪਾਂਬੜੇ ਠਾਰਨਾ ਪੈਂਦਾ ਖਾਲਸੇ ਨੂੰ ਓਏ ਸੋਹਣੀ ਦਰਦ ਓਏ ਸੋਹਣੀ ਧਰਤ ਪੰਜਾਬ ਦੀ ਨੂੰ ਲੱਗਣ ਦਿੱਤਾ ਨਾ ਦਾਗ ਪੰਜਾਬੀਆਂ ਨੇ ਉਹ ਖਾਤਰ ਧਰਮ ਦੀ ਸੂਰਮੇ ਸਦਾ ਜੂਜੇ ਉਹ ਖਾਤਰ ਧਰਮ ਦੀ ਸੂਰਮੇ ਸਦਾ ਜੂਜੇ ਤੇ ਗਾਇਆ ਮੌਤ ਦਾ ਰਾਗ ਪੰਜਾਬੀਆਂ ਨੇ ਹੋ ਮਰਦਾ ਧਰਮ ਦੀ ਖਾਤਰ ਕੋਈ ਕੋਈ ਉਹ ਮਰਦਾ ਧਰਮ ਦੀ ਖਾਤਰ ਕੋਈ ਕੋਈ ਉਹ ਸੌਖਾ ਕਿਸੇ ਲਈ ਸੀਸ ਨਹੀਂ ਵਾਰ ਹੁੰਦਾ ਉਹ ਜਦੋਂ ਮੌਤ ਖਲੋਤੀ ਹੋਵੇ ਸਾਹਮਣੇ ਉਹ ਜਦੋਂ ਮੌਤ ਖਲੋਤੀ ਹੋਵੇ ਸਾਹਮਣੇ ਉਹ ਝੂਠਾ ਨਹੀਂ ਫੁਰਾਟ ਮਾਰ ਹੁੰਦਾ ਉਹ ਜ਼ਿੰਦਗੀ ਹਵਾ ਸਮਾਨ ਦਿਸੇ ਪਾਵੇ ਉਹ ਜ਼ਿੰਦਗੀ ਹਵਾ ਸਮਾਨ ਦਿਸੇ ਪਾਵੇ ਓਏ ਉਹਦਾ ਛੱਡਣਾ ਕਦੇ ਪਿਆਰ ਹੁੰਦਾ ਉਹ ਲਾਵਾ ਮੌਤ ਨਾਲੇ ਸੂਰ ਮੈਂ ਲੈਣੀ ਉਹੀ ਉਹ ਸੀਨੇ ਜਿਨ੍ਹਾਂ ਦੇ ਚਾਰ ਹੁੰਦੇ ਉਹ ਸੀਨੇ ਜਿਨ੍ਹਾਂ ਦੇ ਚਾਮਨਾਰ ਹੁੰਦੇ ਨਾ ਸਰਕਾਰ ਵਜ਼ੀਰ ਬਣਾਉਂਦੀ ਸਹਿਜਾਦੇ ਮਰਦੇ ਨਾ ਸਹਿਜਾਦੇ ਮਰਦੇ ਨਾ ਅੰਗਰੇਜ਼ ਹਕੂਮਤ ਆਉਂਦੀ ਸਹਿਜਾਦੇ ਮਰਦੇ ਨਾ ਅੰਗਰੇਜ਼ ਹਕੂਮਤ ਆਉਂਦੀ ਨਾ ਕਬਰ ਨਾਨਕੀ ਨੂੰ ਨਾ ਕਬਰ ਨਾਨਕੀ ਨੂੰ ਚਾਹੁੰਦੀ ਡੋਗਰਿਆਂ ਦੀ ਟਾਣੀ ਖਤ ਲਿਖਦੀ ਸ਼ਾਮਸੀਆ ਮੈਂ ਰਣਜੀਤ ਸਿੰਘ ਦੀ ਰਾਣੀ ਖਤ ਲਿਖਦੀ ਸ਼ਾਮਸੀਆ ਮੈਂ ਰਣਜੀਤ ਸਿੰਘ ਦੀ ਰਾਣੀ ਬਦਲੇ ਲੈ ਲੈ ਨਾ ਤੋ ਬਦਲੇ ਲੈ ਲੈ ਨਾ ਤੋ ਕੇਰਾ ਫੇਰ ਫੇਰ ਕਰ ਪੰਨਾ ਬਦਲੇ ਲੈ ਲੈ ਨਾ ਤੋ ਕੇਰਾ ਫੇਰ ਫੇਰ ਕਰ ਪੰਨਾ ਸਭ ਬੜੇ ਬੇਗਾਨੇ ਵੇ ਸਭ ਬੜੇ ਬੇਗਾਨੇ ਵੇ ਤੁਰ ਗਿਆ ਲਾਲ ਤੇਜ ਜੋਹਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਖਤ ਲਿਖਦੀ ਸ਼ਾਮ ਸਿਆ ਮੈਂ ਰਣਜੀਤ ਸਿੰਘ ਦੀ ਰਾਣੀ ਮੈਂ ਰਣਜੀਤ ਸਿੰਘ ਦੀ ਰਾਣੀ ਮੈਂ ਰਣਜੀਤ ਸਿੰਘ ਦੀ ਰਾਣੀ ਪੁੱਤ ਮਰ ਗਿਆ ਜੰਮੂ ਦੇ ਡੋਗਰਿਆਂ ਦੇ
ਜਿਨ੍ਹਾਂ ਰਾਣੀ ਸਿੰਘ ਤੋਲ ਪਹਾੜ ਸੁੱਟੇ ਖੜਕ ਸਿੰਘ ਦੇ ਰਾਜੇ ਨੂੰ ਯਾਰ ਦਿੱਤੀ ਸੋਹਣੇ ਕਬਰ ਵੀ ਪੱਥਰ ਸੰਗਰਾੜ ਸੁੱਟੇ ਸੋਹਣੇ ਕੀਮਤੀ ਰੇਸ਼ਮੀ ਥਾਂ ਸੀ ਹੱਥ ਆਏ ਬਿਨਾਂ ਵਜ੍ਹਾ ਤੋਂ ਬਾਂਦਰਾ ਪਹਾੜ ਸੁੱਟੇ ਐਰ ਗੈਰ ਦੀ ਪੰਛੀ ਕੀ ਗੱਲ ਕਰਨੀ ਜਦੋਂ ਰਾਖੀਆਂ ਖੇਤ ਉਜਾੜ ਚਿੱਠੀ ਪੜ੍ਹੀ ਆਪਣੇ ਵੱਲੋਂ ਇੱਕ ਚਿੱਠੀ ਮਖਰਾਣੀ ਜਿੰਦਾ ਦੇ ਨਾਮ ਲਿਖੀ ਤਵਰਿਆਮ ਸਿੰਘ ਤੁਰ ਗਏ ਸ਼ਾਮ ਸਿੰਘ ਸਰਦਾਰ ਨੇ ਇਰਦ ਗਿਰਦ ਪੰਡਿਆਂ ਵਿੱਚ ਨਜ਼ਦੀਕ ਨੌਜਵਾਨਾਂ ਨੂੰ ਕਿਹਾ ਜਿਹੜੇ ਸੁਭਰਾਵਾਂ ਦੇ ਮੈਦਾਨ ਅੰਦਰ ਜਾਣਾ ਚਾਹੁੰਦੇ ਨੇ ਤਿਆਰ ਹੋ ਜਾਓ ਨੌਜਵਾਨ ਤਿਆਰ ਹੋਏ ਨੇ 8 ਫਰਵਰੀ ਦੀ ਸ਼ਾਮ ਰਾਤ 9 ਫਰਵਰੀ ਨੂੰ ਤੁਰਨਾ ਸੁਭਰਾਵਾਂ ਦੇ ਮੈਦਾਨ ਅੰਦਰ ਜਾਣ ਲਈ 8 ਫਰਵਰੀ ਦੀ ਰਾਤ ਸਰਦਾਰ ਨੇ ਆਪਣੇ ਨਿਵਾਸ ਚ ਗੁਜ਼ਾਰੀ ਅਤੇ ਪਰ ਸਾਰੀ ਰਾਤ ਸਰਦਾਰ ਸੁੱਤਾ ਨਹੀਂ ਭਵਾਂ ਉਸ ਸਮੇਂ ਦੇ ਹਾਲਾਤਾਂ ਨੇ ਸ਼ਾਮ ਸਿੰਘ ਸਰਦਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ ਪਰ ਜਵਾਨੀ ਵਿੱਚ ਪੁੱਤ ਚਲੇ ਗਿਆ ਦੁਨੀਆਂ ਤੋਂ ਜਦੋਂ ਔਲਾਦ ਤੁਰ ਜਾਵੇ ਤੇ ਮਾਂ ਬਾਪ ਦਾ ਲੱਕ ਟੁੱਟ ਜਾਂਦਾ ਹੈ ਜਵਾਈ ਨੂੰ ਡੋਗਰਿਆਂ ਮਾਰ ਦਿੱਤਾ ਹੈ ਕੁੜਮਾਂ ਦਾ ਸਾਰਾ ਪਰਿਵਾਰ ਚਲੇ ਗਿਆ ਹੈ ਬੜੇ ਦੁੱਖ ਤਕਲੀਫਾਂ ਇਹ ਸਰਦਾਰ ਸ਼ਾਮ ਸਿੰਘ ਨੂੰ ਆਪਣੀ ਜ਼ਿੰਦਗੀ ਅੰਦਰ ਦੇਖਣੇ ਪਏ ਪਰ ਜਜ਼ਬਾ ਹੁਣ ਵੀ ਹੈ ਜੰਗ ਦੇ ਮੈਦਾਨ ਅੰਦਰ ਜਾਣ ਦਾ ਰਾਤ ਹੋਈ ਸ਼ਾਮ ਸਿੰਘ ਸਰਦਾਰ ਸਾਰੀ ਰਾਤ ਸੁੱਤਾ ਨਹੀਂ ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ ਕੋਲ ਪਈ ਹੈ ਸਰਦਾਰ ਨੀ ਦੇਸਾਂ ਸ਼ਾਮ ਸਿੰਘ ਸਰਦਾਰ ਦੀ ਜੀਵਨ ਸਾਥਣ ਕਹਿਣ ਲੱਗੀ ਸਰਦਾਰ ਸਾਹਿਬ ਸਰਦਾਰਾ ਫੈਸਲਾ ਪੱਕਾ ਹੈ ਤੁਸੀਂ ਕੱਲ 9 ਫਰਵਰੀ ਵਾਲੇ ਦਿਨ ਸੁਭਰਾਵਾਂ ਦੇ ਮੈਦਾਨ ਅੰਦਰ ਜਾਓਗੇ ਪੱਕਾ ਫੈਸਲਾ ਹੈ ਹਾਂ ਸਰਦਾਰ ਨੀ ਦੇਸਾਂ ਅੱਜ ਤੱਕ ਜਿਹੜਾ ਵੀ ਸਰਦਾਰ ਨੇ ਫੈਸਲਾ ਕੀਤਾ ਹੈ ਜਾਂ ਜੋ ਵੀ ਪ੍ਰਣ ਕੀਤਾ ਉਹਨੂੰ ਤੋੜ ਨਿਭਾਇਆ ਹੈ ਜਾਨ ਚਲੇ ਜਾਵੇ ਪਰ ਸਰਦਾਰ ਦੀ ਜ਼ੁਬਾਨ ਦਿੱਤੀ ਕਦੀ ਨਹੀਂ ਜਾਵੇਗੀ ਇਹ ਸਰਦਾਰ ਜਿਹਨੇ ਪ੍ਰਣ ਕੀਤਾ ਹੋਇਆ ਹੈ ਸਰਦਾਰ ਨੀ ਦੇਸਾਂ ਪੁੱਛ ਰਹੀ ਹੈ ਉੱਚੇ ਲੰਮੇ ਕੱਦ ਦੀ ਸਰਦਾਰ ਨੀ ਦੇਸਾਂ ਨਿਤ ਨੇਮੀ 7 ਫੁੱਟ ਲੰਮਾ ਸਰਦਾਰ ਦਾ ਕੱਦ ਸੀ ਬਰਾਬਰ ਕੱਦ ਦੀ ਸਰਦਾਰ ਨੀ ਦੇਸਾਂ ਜਦੋਂ ਦੋਨੇ ਜਾਣੇ ਕਿਤੇ ਇਕੱਠੇ ਜੋੜੀ ਗੁਜ਼ਰਿਆ ਕਰਦੀ ਸੀ ਨਾ ਤੇ ਲੋਕ ਖੜ ਖੜ ਕੇ ਦੇਖਦੇ ਸਨ ਆਪਣਾ ਸੁਭਾਗ ਸਮਝਿਆ ਕਰਦੇ ਸਨ ਇਸ ਜੋੜੀ ਦੇ ਦਰਸ਼ਨ ਕਰਨੇ ਇੱਕ ਸਮੇਂ ਸਰਦਾਰਨੀ ਦੇਸਾਂ ਕਹਿਣ ਲੱਗੀ ਸਰਦਾਰਾ ਵਿਆਹ ਹੋਏ ਨੂੰ ਕਾਫੀ ਸਮਾਂ ਹੋ ਗਿਆ ਕੋਈ ਔਲਾਦ ਨਹੀਂ ਤੇ ਮੈਨੂੰ ਲੱਗਦਾ ਮੈਂ ਬਿਨਾਂ ਔਲਾਦ ਤੋਂ ਦੁਨੀਆਂ ਤੋਂ ਚਲੇ ਜਾਣਾ ਘਰ ਬਾਰ ਰਾਜ ਭਾਗ ਸਭ ਕੁਝ ਰੁਲਦਾ ਰਹਿ ਜਾਵੇਗਾ ਮੇਰੀ ਕੁੱਖੋਂ ਔਲਾਦ ਨਹੀਂ ਹੋਣੀ ਤੇ ਤੁਸੀਂ ਦੂਸਰਾ ਵਿਆਹ ਕਰਾ ਲਓ ਜਦੋਂ ਸਰਦਾਰਨੀ ਦੇਸਾਂ ਨੇ ਇਹ ਗੱਲ ਕਹੀ ਤੇ ਸ਼ਾਮ ਸਿੰਘ ਕਹਿਣ ਲੱਗਾ ਨਹੀਂ ਸਰਦਾਰਨੀ ਦੇਸਾਂ ਕਰਮਾਂ ਚ ਹੋਇਆ ਤੇ ਤੇਰੀ ਕੁੱਖ ਚੋਂ ਹੀ ਔਲਾਦ ਪੈਦਾ ਹੋ ਜਾਣੀ ਨਹੀਂ ਕਰਮਾਂ ਚ ਹੋਇਆ ਤੇ ਔਲਾਦ ਨਹੀਂ ਮਿਲਣੀ ਸਵੇਰੇ ਸਰਦਾਰਨੀ ਦੇਸਾਂ ਨੂੰ ਲੈ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਗਏ ਨੇ ਸ਼ਾਮ ਸਿੰਘ ਸਰਦਾਰ ਨੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ ਨੂੰ ਆਵਾਜ਼ ਮਾਰੀ ਬਾਬਾ ਜੀ ਅਰਦਾਸ ਕਰਦੇ ਹੋ ਮਹਾਰਾਜ ਰਹਿਮਤ ਕਰਨ ਸਾਡੇ ਘਰੇ ਕੋਈ ਔਲਾਦ ਨਹੀਂ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਔਲਾਦ ਦੀ ਦਾਤ ਬਖਸ਼ਿਸ਼ ਕਰ ਦੇਣ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬਾਨ ਅਰਦਾਸ ਕਰਨ ਲੱਗੇ ਤੇ ਹੱਸ ਕੇ ਕਹਿਣ ਲੱਗੇ ਸਰਦਾਰ ਸਾਹਿਬ ਅਰਦਾਸ ਤੇ ਕਰ ਦਿੰਦੇ ਆ ਪਰ ਜੇਕਰ ਮਹਾਰਾਜ ਨੇ ਰਹਿਮਤ ਕਰ ਦਿੱਤੀ ਕਿਰਪਾ ਕਰ ਦਿੱਤੀ ਬੱਚਿਆਂ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੇਵਾ ਕਿਹੋ ਜਿਹੀ ਕਰਾਓਗੇ ਗੁਰੂ ਘਰ ਕਹਿਣ ਲੱਗੇ ਬਾਬਾ ਜੀ ਜਿਹੋ ਜਿਹਾ ਤੁਹਾਡਾ ਹੁਕਮ ਹੋਵੇ ਤੁਸੀਂ ਕਹੋਗੇ ਅਸੀਂ ਉਹੋ ਜਿਹੀ ਸੇਵਾ ਕਰਾ ਦੇਵਾਂਗੇ ਬਾਬਾ ਅਟਲ ਜੀ ਦੇ ਸਥਾਨਾਂ ਵੱਲ ਇਸ਼ਾਰਾ ਕਰਕੇ ਕਿਹਾ ਉੱਪਰਲੀ ਬਿਲਡਿੰਗਾਂ ਦੀ ਸੇਵਾ ਤੁਸੀਂ ਕਰਵਾ ਦਿਓ ਮਹਾਰਾਜ ਨੇ ਰਹਿਮਤ ਕੀਤੀ ਅਰਦਾਸ ਕਰਵਾਈ ਇੱਕ ਨਹੀਂ ਦੋ ਨਹੀਂ ਤਿੰਨਾਂ ਬੱਚਿਆਂ ਦੀ ਦਾਤ ਸਰਦਾਰ ਸ਼ਾਮ ਸਿੰਘ ਦੇ ਘਰੇ ਤੇ ਸਰਦਾਰਨੀ ਦੇਸਾਂ ਦੀ ਝੋਲੀ ਚ ਪਈ ਜਿਹਦੇ ਵਿੱਚੋਂ 2 ਪੁੱਤਰ ਤੇ 1 ਧੀ ਬਾਬਾ ਅਟਲ ਜੀ ਦੇ ਉੱਪਰਲੇ ਸਥਾਨਾਂ ਦੀ ਸੇਵਾ ਸਰਦਾਰ ਸ਼ਾਮ ਸਿੰਘ ਦੇ ਪਰਿਵਾਰ ਨੇ ਕਰਵਾਈ ਆਪ ਜੀ ਦਰਸ਼ਨ ਦਿਦਾਰੇ ਕਰਦੇ ਹੋਵੋਗੇ ਸਰਦਾਰ ਸ਼ਾਮ ਸਿੰਘ ਤਿੰਨਾਂ ਬੱਚਿਆਂ ਦੀ ਦਾਤ ਪ੍ਰਾਪਤ ਹੋਈ ਇਹਨਾਂ ਦੀ ਬੇਟੀ ਸਰਦਾਰਨੀ ਬੀਬੀ ਨਾਨਕੀ ਜਿਹਦਾ ਰਿਸ਼ਤਾ ਮੰਗ ਕੇ ਨਾਨਕੀ ਦਾ ਰਿਸ਼ਤਾ ਸ਼ੇਰੇ ਪੰਜਾਬ ਨੇ ਆਪਣੇ ਪੋਤਰੇ ਕੰਵਰ ਨੌ ਨਿਹਾਲ ਵਾਸਤੇ ਮੰਗ ਕੇ ਰਿਸ਼ਤਾ ਰਿਹਾ ਸੀ ਜਿਹੋ ਜਿਹਾ ਵਿਆਹ ਸ਼ਾਮ ਸਿੰਘ ਸਰਦਾਰ ਨੇ ਆਪਣੀ ਧੀ ਦਾ ਕੀਤਾ ਕਿਸੇ ਸਰਦਾਰ ਨੇ ਨਿਸ਼ਾਨੋ ਸ਼ੌਕਤ ਨਾਲ ਵਿਆਹ ਨਹੀਂ ਕੀਤਾ 2 ਪੁੱਤਰ ਜਿਹਦੇ ਵਿੱਚੋਂ ਵੱਡਾ ਭਰ ਜਵਾਨੀ ਚ ਦੁਨੀਆਂ ਤੋਂ ਚਲੇ ਗਿਆ ਤੇ ਛੋਟੇ ਪੁੱਤਰ ਦਾ ਵਿਆਹ ਲੁਧਿਆਣੇ ਦੇ ਲਾਗੇ ਕੀਤਾ ਕੋਈ ਜ਼ਿਆਦਾ ਖੁਸ਼ੀ ਨਹੀਂ ਕੀਤੀ ਦੂਸਰੇ ਪੁੱਤਰ ਨੂੰ ਵਿਆਹੁਣ ਦੇ ਲਈ ਕੁਝ ਕੁ ਬਰਾਤੀ ਲੈ ਕੇ ਗਿਆ ਸ਼ਾਮ ਸਿੰਘ
ਸਰਦਾਰਨੀ ਦੇਸ਼ਾਂ ਨੂੰ ਕਹਿਣ ਲੱਗਾ ਸਰਦਾਰ ਸਰਦਾਰਨੀ ਦੇਸ਼ਾਂ ਪੱਕਾ ਫੈਸਲਾ ਹੈ। 8 ਫਰਵਰੀ ਦੀ ਰਾਤ ਤੇ ਗੁਜ਼ਾਰ ਲਈ ਤੇ ਸਵੇਰ 9 ਫਰਵਰੀ ਦਾ ਦਿਨ ਆ ਗਿਆ। ਇਰਦ ਗਿਰਦ ਪਿੰਡਾਂ ਵਾਲੇ ਲੋਕ ਸਰਦਾਰ ਨੂੰ ਜੰਗ ਦੇ ਮੈਦਾਨ ਨੂੰ ਚੜ੍ਹਦੇ ਜਾਂਦੇ ਦੇਖਣ ਵਾਸਤੇ ਆਏ ਨੇ। ਬਰਾਤ ਚੜ੍ਹਦੀ ਬਹੁਤ ਲੋਕ ਦੇਖਦੇ ਨੇ, ਜੰਜ ਨੂੰ ਚੜ੍ਹਦੇ ਦੇਖਦੇ ਨੇ, ਪਰ ਜੰਗ ਨੂੰ ਚੜ੍ਹਨ ਲੱਗਿਆ ਸਰਦਾਰ ਨੂੰ ਦੇਖਣ ਵਾਸਤੇ ਅੱਜ ਲੋਕ ਆਏ ਨੇ। 8000 ਨੌਜਵਾਨ ਗਿਣਤੀ ਇਕੱਠੇ ਹੋ ਗਏ ਨੇ ਸਰਦਾਰ ਸ਼ਾਮ ਸਿੰਘ ਦੇ ਨਾਲ ਜਾਣ ਵਾਸਤੇ। ਸ਼ਾਮ ਸਿੰਘ ਸਰਦਾਰ ਨੇ ਸਭ ਨੂੰ ਫਤਿਹ ਬੁਲਾਈ ਹੈ, ਆਪਣੀਆਂ ਨੌਵਾਂ ਦੇ ਸਿਰ ਤੇ ਹੱਥ ਰੱਖਿਆ, ਪੋਤਰਿਆਂ ਨੂੰ ਗਲਣ ਲਾਇਆ, ਪੁੱਤਰ ਨੂੰ ਗਲ ਦੇ ਨਾਲ ਲਾ ਕੇ ਤੇ ਘੋੜੇ ਵੱਲ ਨੂੰ ਸਰਦਾਰ ਵਧਿਆ। ਫੜ ਕੇ ਘੋੜੇ ਦੀਆਂ ਵਾਗਾਂ ਪਾ ਕੇ ਰਕਾਬਾਂ ਦੇ ਭਾਰ ਉਹ ਮਾਰ ਕੇ ਪਲਾਕੀ ਮਾਰ ਕੇ ਛਾਲ ਸਰਦਾਰ ਸ਼ਾਮ ਸਿੰਘ ਘੋੜੇ ਤੇ ਸਵਾਰ ਹੋ ਗਿਆ। ਸ਼ਾਮ ਸਿੰਘ ਨੂੰ ਘੋੜੇ ਤੇ ਸਵਾਰ ਹੁੰਦਿਆਂ ਦੇਖ ਉਹ ਸਾਹਮਣੇ ਖੜੀ ਆ ਜੀਵਨ ਸਾਥਣ ਸਰਦਾਰਨੀ ਦੇਸਾਂ, ਇੱਕਦਮ ਦਿਲ ਚ ਹੌਲ ਉੱਠਿਆ, ਅੱਜ ਮੇਰਾ ਜੀਵਨ ਸਾਥੀ ਤੁਰ ਚੱਲਿਆ, ਅੱਜ ਸਰਦਾਰ ਸ਼ਾਮ ਸਿੰਘ ਜੰਗ ਦੇ ਮੈਦਾਨ ਨੂੰ ਚੱਲਿਆ ਏ, ਤੇ ਅੱਜ ਮੇਰੇ ਤੋਂ ਵਿਛੜਨ ਲੱਗਾ, ਅੱਜ ਦਾ ਵਿਛੜਿਆ ਹੋਇਆ ਪਤਾ ਨੀ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ, ਭੱਜੀ ਗਈ ਸਰਦਾਰਨੀ ਦੇਸਾਂ। ਸ਼ਾਮ ਸਿੰਘ ਸਰਦਾਰ ਦੇ ਰਕਾਬਾਂ ਵਿੱਚ ਰੱਖੇ ਪੈਰ ਤੇ ਸਰਦਾਰਨੀ ਦੇਸਾਂ ਨੇ ਪੈਰਾਂ ਤੇ ਸਿਰ ਰੱਖ ਕੇ ਮੋਤੀਆਂ ਦੀ ਚੜੀ ਲਾ ਦਿੱਤੀ। ਇਹ ਬੁਲੰਦ ਹੌਸਲੇ ਦੀ ਮਾਲਕਿਨ ਸਰਦਾਰਨੀ ਦੇਸਾਂ ਤੇਰੀਆਂ ਅੱਖਾਂ ਦੇ ਵਿੱਚੋਂ ਹੰਝੂ, ਸਰਦਾਰਾ ਮੈਂ ਤੈਨੂੰ ਮੁਲਤਾਨ ਦੇ ਜੰਗਾਂ ਵਾਸਤੇ, ਪਿਸ਼ੌਰ ਦੇ ਜੰਗਾਂ ਵਾਸਤੇ ਤੁਰਿਆ, ਕਦੀ ਘਬਰਾਈ ਨਹੀਂ, ਪਰ ਮੈਨੂੰ ਪਤਾ ਹੈ ਅੱਜ ਆਗੂ ਗਦਾਰ ਹੋ ਚੁੱਕੇ ਨੇ, ਇਹਨਾਂ ਨੇ ਸਿਰੇ ਨਹੀਂ ਚੜ੍ਹਨ ਦੇਣੀ। ਸਰਦਾਰਾ ਅੱਜ ਦਾ ਵਿਛੜਿਆ ਹੋਇਆ ਸਰਦਾਰਨੀ ਦੇਸਾਂ ਤੋਂ ਮੁੜ ਕੇ ਕਦੋਂ ਮਿਲੇਗਾ? ਅੱਜ ਦਾ ਚੱਲੇ, ਅੱਜ ਦਾ ਘਰੋਂ ਤੁਰੇ, ਅੱਜ ਦਾ ਵਿਛੜਿਆ, ਮੁੜ ਕੇ ਸਰਦਾਰਨੀ ਦੇਸਾਂ ਦੇ ਨਾਲ ਤੇਰਾ ਦੁਬਾਰਾ ਮੇਲ ਕਦ ਹੋਵੇਗਾ? ਸਰਦਾਰਾ ਤੁਰਿਆ ਜਾਂਦਾ ਆਪਣੀ ਸਰਦਾਰਨੀ ਨੂੰ ਇਹ ਗੱਲ ਤੇ ਦੱਸਦਾ, ਸਰਦਾਰ ਨੂੰ ਰੋਕ ਕੇ ਸਰਦਾਰਨੀ ਜੋ ਕਰ ਰਹੀ ਉਸ ਸਮੇਂ ਦਾ ਹਾਲ ਤੁਹਾਡੀ ਜਥਾ ਇਉਂ ਕਿ ਜਿੱਤ ਗਿਆ ਤਾਂ ਆ ਜਾਊਗਾ, ਜੇਕਰ ਮਰ ਗਿਆ ਤਾਂ ਰੱਬ ਰਾਜ਼ੀ। ਜਿੰਦ ਵਤਨ ਅਮਾਨਤ ਜੋ, ਜਿੰਦ ਵਤਨ ਅਮਾਨਤ ਜੋ ਹੈ ਵੇਖੇ ਵਤਨਾ ਲਾਉਣਾ, ਰਣ ਚੋ ਸਰਦਾਰ ਨੀਏ ਹਰ ਕੇ ਮੈਂ ਵਾਪਸ ਨਹੀਂ ਆਉਣਾ, ਰਣ ਚੋ ਸਰਦਾਰ ਨੀਏ ਹਰ ਕੇ ਮੈਂ ਵਾਪਸ ਨਹੀਂ ਆਉਣਾ। ਸਾਬਣ ਨੂੰ ਤਾਰ ਜਿਵੇਂ ਚੀਰ ਗਏ ਬੋਲ ਜਿੰਦਾ ਦੇ ਸੀਨਾ, ਤੇ ਜਾ ਤੇ ਲਾਲ ਸੜੇ ਟਾਣਾ ਸਾਰਾ ਦੱਸੇ ਕਮੀਨਾ, ਤੇ ਜਾ ਤੇ ਲਾਲ ਸੜੇ ਟਾਣਾ
ਸਾਰਾ ਹੀ ਦੱਸੇ ਕਮੀਨਾ ਹੈ ਦੇਸ਼ ਗਦਾਰਾਂ ਨੂੰ ਹੈ ਦੇਸ਼ ਗਦਾਰਾਂ ਨੂੰ ਹੈ ਦੇਸ਼ ਗਦਾਰਾਂ ਨੂੰ ਲੱਖ ਲੱਖ ਵਾਰ ਝਿੜਕ ਹੈ ਜਿਉਣਾ ਰਣ ਚੋਂ ਸਰਦਾਰ ਨੀ ਏ ਹਰ ਕੇ ਮੈਂ ਵਾਪਸ ਨਹੀਂ ਆਉਣਾ ਰਣ ਚੋਂ ਸਰਦਾਰ ਨੀ ਏ ਹਰ ਕੇ ਮੈਂ ਵਾਪਸ ਨਹੀਂ ਆਉਣਾ ਕਰਨੀਆਂ ਢੇਰ ਸੁਖਲੀਆਂ ਨੇ ਉਹ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਕਹੇ ਬੋਲ ਪੁਗਾਮ ਦਾ ਕੋਈ ਕੋਈ ਉਹ ਠੋਕਰ ਲੱਗੇ ਤਾਂ ਡਿੱਗਦੇ ਬਹੁਤ ਦੇਖੇ ਉਹ ਡਿੱਗੇ ਤਾਈ ਉਠਾਵਾਂਗਾ ਕੋਈ ਕੋਈ ਉਹ ਲਾੜੀ ਮੌਤ ਦੇ ਪੁੱਤਾਂ ਦੇ ਬੰਨ ਸਿਰ ਉਹ ਲਾੜੀ ਮੌਤ ਦੇ ਪੁੱਤਾਂ ਦੇ ਬੰਨ ਸਿਰ ਉਹ ਹੱਥੀ ਆਪ ਬਿਠਾਵਾਂਗਾ ਕੋਈ ਕੋਈ ਉਹ ਕੇਵਲ ਕਿਸੇ ਨੂੰ ਆਖਣਾ ਬਹੁਤ ਸੌਖਾ ਖੁਦ ਕਰ ਦਿਖਾਵਾਂਗਾ ਕੋਈ ਕੋਈ ਉਹ ਬਿਰਥਾ ਖੂਨ ਉਹ ਬਿਰਥਾ ਖੂਨ ਉਹ ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ ਉਹ ਜਦੋਂ ਡੁੱਲਦਾ ਜੁੱਗ ਪਲਟਾ ਦੇਵੇ ਹੋਏ ਖੂਨ ਬਰੂਦ ਦੀ ਚਿਣਗ ਬਣ ਕੇ ਤੇ ਸੀਨੇ ਜਜ਼ਬਿਆਂ ਦੇ ਭਾਂਬੜ ਲਾ ਦੇਵੇ ਹੋ ਭਾਵੇਂ ਕਿੰਨਾ ਹੋ ਭਾਵੇਂ ਕਿੰਨਾ ਉਹ ਭਾਵੇਂ ਕਿੰਨਾ ਵੀ ਜ਼ਬਰ ਤੇ ਜ਼ੁਲਮ ਹੋਵੇ ਉਹ ਭਾਵੇਂ ਕਿੰਨਾ ਵੀ ਜ਼ਬਰ ਤੇ ਜ਼ੁਲਮ ਹੋਵੇ ਉਹ ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ ਉਹ ਹਰ ਹੰਬ ਕੇ ਕਦੇ ਨਾ ਬਹਿੰਦੀਆਂ ਨੇ ਉਹ ਨਾ ਹੀ ਮਿੱਥੇ ਨਿਸ਼ਾਨੇ ਆ ਤੋਂ ਉੱਕਦੀਆਂ ਨੇ ਉਹ ਮਾਰ 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 ਉਹ ਮਾਰ ਮਾਰ ਥੱਕੇ ਜ਼ਾਲਮ ਲੋਕੇ ਨੂੰ ਉਹ ਨਾ ਮਾਰ ਮੁਕਾਇਆ ਤੋਂ ਮੁੱਕਦੀਆਂ ਨੇ ਉਹ ਮੁੱਕ ਜਾਂਦੇ ਨੇ ਵਿਕੀ ਜ਼ਮੀਰ ਵਾਲੇ ਉਹ ਨਾ ਇਹ ਚੌਧਰ ਪੁਣੇ ਤੇ ਥੁੱਕਦੀਆਂ ਨੇ ਜੋ ਪਈ ਸਾਹਮਣੇ ਹੈ ਜੋ ਪਈ ਸਾਹਮਣੇ ਹੈ ਇਹ ਤਲਵਾਰ ਕਿੰਨੀ ਤੇ ਟੰਗੀ ਜਾਣਾ ਰਣ ਖੇਤਰ ਨੂੰ ਮੈਂ ਤਲਵਾਰ ਪਕੜ ਕੇ ਨੰਗੀ ਜਾਣਾ ਰਣ ਖੇਤਰ ਨੂੰ ਮੈਂ ਤਲਵਾਰ ਪਕੜ ਕੇ ਨੰਗੀ ਫੇਰ ਧਾਰ ਇਸ ਦੀ ਨੂੰ ਫੇਰ ਧਾਰ ਇਸ ਦੀ ਨੂੰ ਮੈਂ ਹੈ ਦੁਸ਼ਮਣ ਤੇ ਅਜਮਾਉਣਾ ਰਣ ਚੋਂ ਸਰਦਾਰ ਨੀ ਏ ਹਰ ਕੇ ਮੈਂ ਵਾਪਸ ਨਹੀਂ ਆਉਣਾ ਰਣ ਚੋਂ ਸਰਦਾਰ ਨੀ ਏ ਹਰ ਕੇ ਮੈਂ ਵਾਪਸ ਨਹੀਂ ਆਉਣਾ ਬੜਾ
बड़ा औखा है हीरे बिच शेक पौड़ा ओ बड़ा औखा है हीरे बिच शेक पौड़ा ओ किसे इल्म दा औखा उस्ताद होड़ा ओ कैरा वांग गुलामी दे पिंजरे चो ओ औखा बुलबुला ताई आजाद होड़ा सुख ग्रस्त दा छड़ना बड़ा औखा ओ आखा देश लई मिटना बर्बाद होना ओ गल्ला सारी आही आखिया खालसा दी ऐ पर सब तू औखा है साद होना ओ जदों पी ओ जदों पीड़ देश ते आण पैंदी ता खालसा ही अगे आमदा है ओ जे कोई आन शान ते वार कर जाए ओ जे कोई आन शान ते वार कर जाए ते ओनू लोहे दे चने जवाब दाए जित के ही परतूगा जित के ही परतूगा जित के ही परतूगा हाँ जित के ही परतूगा जित के ही परतूगा जंग जो मैं नहीं मुख पवाड़ा जेकर मैं हार गया मुड़ के नहीं अटारी आड़ा जेकर मैं हार गया मुड़ के नहीं अटारी आना रात फैन तूफान बगे रात फैन तूफान बगे चौंदा अज खालसा नौना रण चा सरदारनी हर के मैं वापस नहीं आना रण चा सरदारनी हर के मैं वापस नहीं आना नहीं जोड़ प्रीति नू नहीं जोड़ प्रीति नू नहीं जोड़ प्रीति नू कीता शाम संगे अरदास कर दे मी पास गुरु रखिया तेरे ते परवास कर दे मी पास गुरु रखिया तेरे ते परवास करते अरदास जदों करते अरदास जदों एथे कड़ी पल ना लौना रण चो सरदारनी हर के मैं वापस नहीं आना रण चो सरदारनी हर के मैं वापस नहीं आना हर के मैं वापस नहीं आना हर के मैं वापस नहीं आना कादर यार लिख दे ਕਹਿੰਦਾ ਇੱਕ ਮਰਦ ਦੇ ਵਿੱਚ ਤਿੰਨ ਸਿਫਤਾਂ ਹੁੰਦੀਆਂ ਨੇ ਤਿੰਨ ਉਹ ਤਿੰਨੇ ਸ਼ਾਮ ਸਿੰਘ ਸਰਦਾਰ ਦੇ ਵਿੱਚ ਸਨ ਸਿਫਤ ਕਰਾਂ ਕਿ ਉਸ ਸਰਦਾਰ ਤਾਂ ਹੀ ਜੰਗ ਵੇਖ ਜੋ ਪਿੱਛੇ ਨਾ ਬਹਿਣ ਵਾਲਾ ਜਿਹਦੀ ਦਸਤਾਰ ਸੋਹਣੀ ਗਵਤਾਰ ਸੋਹਣੀ ਰਫਤਾਰ ਸੋਹਣੀ ਸਿਫਤ ਕਰ ਕੀ ਸਕੇ ਤੋਂ ਕਹਿਣ ਵਾਲਾ ਕਾਦਰ ਯਾਰ ਜਹਾਨ ਤੇ ਨਾਮ ਰੋਸ਼ਨ ਸ਼ਾਮ ਸਿੰਘ ਸਰਦਾਰ ਦਾ ਰਹਿਣ ਵਾਲਾ ਉੱਚੇ ਲੰਮੇ ਕੱਦ ਦਾ ਸਰਦਾਰ ਬੜੀਆਂ ਬਰਕਤਾਂ ਸਰੀਰ ਵਿੱਚ ਸਨ ਤੇ ਉਸ ਸਮੇਂ ਦੇ ਸਰਦਾਰਾਂ ਵਿੱਚੋਂ ਸਭ ਤੋਂ ਸੋਹਣੀ ਦਸਤਾਰ ਸ਼ਾਮ ਸਿੰਘ ਸਰਦਾਰ ਸਜਾਇਆ ਕਰਦਾ ਸੀ ਇਤਿਹਾਸ ਵਿੱਚੋਂ ਇੱਕ ਕਵਿਤਾ ਢਾਡੀ ਵਾਰ ਕਹਿ ਕੇ ਖਿਮਤ ਦੇ ਜੱਜ ਹੋ ਜਾਣਾ ਬੇਅੰਤ ਸਿੰਘਾਂ ਵੱਲੋਂ ਮਾਣ ਸਤਿਕਾਰ ਭੇਜਿਆ ਗਿਆ ਧੰਨਵਾਦ ਬਹੁਤ ਹੀ ਸਤਿਕਾਰਯੋਗ ਬਾਬਾ ਮੇਹਰ ਸਿੰਘ ਜੀ ਉਹਨਾਂ ਵੱਲੋਂ ਵੀ ਬੇਅੰਤ ਆਸ਼ੀਰਵਾਦ ਭੇਜਿਆ ਗਿਆ ਨਿਹੰਗ ਸਿੰਘ ਜਿੰਨੀਆਂ ਵੀ ਗੁਰੂ ਸਾਹਿਬਾਨਾਂ ਦੀਆਂ ਖਾਲਸਾ ਫੌਜਾਂ ਪਹੁੰਚੀਆਂ ਨੇ ਬੇਅੰਤ ਮਾਣ ਸਤਿਕਾਰ ਭੇਜਿਆ ਗਿਆ ਧੰਨਵਾਦ ਸ਼ਾਮ ਸਿੰਘ ਸਰਦਾਰ ਰਣ ਤੱਤੇ ਅੰਦਰ ਜਾਣ ਵਾਸਤੇ ਜੰਗ ਦੇ ਮੈਦਾਨ ਅੰਦਰ ਜਾਣ ਵਾਸਤੇ ਤਿਆਰ ਹੈ 9 ਫਰਵਰੀ ਦਾ ਦਿਨ ਨਾਲ ਲੈ ਕੇ ਨੌਜਵਾਨ ਸਿੰਘਾਂ ਨੂੰ ਤੁਰ ਪਿਆ ਸਭਰਾਵਾਂ ਦੇ ਮੈਦਾਨ ਵੱਲ ਨੂੰ ਕਵੀ ਲਿਖਦਾ ਕਹਿੰਦਾ ਨੌਜਵਾਨੋ ਕੀ ਸ਼ਹਾਦਤ ਕੌਮ ਕੀ ਤਮੀਰ ਹੋਤੀ ਹੈ ਵਤਨੇ ਇਸ਼ਕ ਕੀ ਮੋਹਰ ਕੀ ਤਸਵੀਰ ਹੋਤੀ ਹੈ ਜਮਾ ਜਾਤੇ ਹੈ ਜਵਾਦ ਵਹਾਂ ਤਕਸੀਰ ਹੋਤੀ ਹੈ ਜਮਾ ਮਰਦੋ ਕੀ ਹਿੰਮਤ ਕੌਮ ਕੀ ਤਕਦੀਰ ਹੋਤੀ ਹੈ ਵੋ ਕਿਆ ਪਾਏਗਾ ਸੁਖ ਚੈਨ
जो दुख सह नहीं सकता जिसे मरना नहीं आता वो जिंदा रह नहीं सकता। तुर पे ने 9 फरवरी दी शाम हो गई, सुमरावां दी मैदान अंदर पहुंच गए। 10 फरवरी दी सवेर हो गई, हुण ठंड दे दिन सन ते 10 बजे दा टाइम है। बंदे नू बंदा दिखण लगा ते जंग दे मैदान दा जायजा लैण वास्ते सरदार आप उतरिया जंग दे मैदान अंदर। शेरे पंजाब महाराजा रणजीत सिंह उन्हां दा प्रसिद्ध तोपची होया माखे खां, बड़ा नाम होया इहदा। जदों माखे खां ने सरदार नूं आउंदे तकिया, इन्नी खुशी होई, खुशी च सरदार दी आउण दी खुशी च जकारे लाए, ला के जकारे आसमान गूंजण ला दित्ते। खालसा फौजां दी अगवाई करन वास्ते सरदार शाम सिंह पहुंचे। संत जरनैल सिंह जी खालसा पिंडरां वाले क्या करदे सन, मैं मर्द दी गल कर जावां, मर्द केड़ा सूरमा केड़ा, जेड़ा कहिंदा मेरी जान चले जावे पर मेरी जबान ना जावे। संत जरनैल सिंह जी खालसा पिंडरां वाले कहिंदे सन, कहिंदे इंसान दी मौत असली मौत कदों हुंदी है, तुसीं की सोचदे हो? जदों इंसान दा शरीर मर जावे जां शरीर इंसान छड देवे उदों असली मौत हुंदी है, जदों श्वास उड़ जाण। जिस्म दा मर जाना असली मौत नहीं हुंदी, असली मौत केड़ी है? शरीर दा मर जाना मौत नहीं, दरअसल असली मौत है जमीर दा मर जाना। तो जिन्हां इंसानां दे अज वी जमीर मर गए ने, मरियां दे तरे तुरे फिरदे ने, जड़े मर्द सूरमे हुंदे ने ओह शरीर त्याग दिंदे ने, अपना आप कुरबान कर दिंदे ने, पर जबान नहीं जान दिंदे। कहिंदे जिस्म की मौत कोई मौत नहीं होती, जिस्म के मर जाने से इंसान मर नहीं जाते, होठ रुक जाने से ऐलान मर नहीं जाते, धड़कने दम जाने से अरमान मर नहीं जाते। एक पासे सरदार शाम सिंह अटारी वाला खालसा फौज की अगवाई कर रहा, तो दूजे पासे अंग्रेज फौज, दोनों धिर आमो सामने हो गई। आमो सामने पैतने माले ने दोवे धिर दे योधे, अकालिया ने एक पासे सिख, दूसरे पासे अंग्रेज खड़े, फट खाली हिका दाड़िया ने जिवे समाते पौन पतंगे चुरमट, ਐਵੇਂ ਮੌਤ ਤੋਂ ਜਿੰਦ ਗਾਨੀਆਂ ਨੇ ਦੋਨਾਂ ਧਿਰਾਂ ਦਾ ਜੰਗ ਦੇ ਮੈਦਾਨ ਅੰਦਰ ਗਹਿ ਗੱਜ ਜੰਗ ਹੋਣ ਲੱਗਾ ਹੈ। ਤੋਬਾ ਦੀ ਗੂੰਜਦੀ ਨਦੀ ਸ਼ਜਾ ਦੇ ਗਾਦਾ ਖੜਕਾ ਸੁਰਮੇ ਲਾੜੀ ਮੌਤ ਦਾ ਜਾਮ ਲੱਗੇ ਨੇ। ਖਾਲਸਾ ਫੌਜਾਂ ਵੱਲੋਂ ਚੱਲੀਆਂ ਤੋਪਾਂ ਤੇ ਦੁਸ਼ਮਣ ਵੱਲੋਂ ਚੱਲੀਆਂ ਤੋਪਾਂ, ਨਿਰੰਤਰ ਗੋਲਾਬਾਰੀ ਹੋ ਰਹੀ ਹੈ, ਇੱਕ ਦੂਸਰੇ ਤੇ ਗੋਲਾਬਾਰੀ ਹੋ ਰਹੀ। ਇਧਰੋਂ ਦੁਸ਼ਮਣ ਦੀਆਂ ਤੋਪਾਂ ਅੰਗਰੇਜ਼ਾਂ ਦੀਆਂ ਚੱਲੀ ਜਾ ਰਹੀਆਂ ਨੇ, ਪਰ ਖਾਲਸੇ ਦੀਆਂ ਤੋਪਾਂ 2 ਘੰਟੇ ਲਗਾਤਾਰ ਚੱਲ ਕੇ ਬੰਦ ਹੋ ਗਈਆਂ। ਸ਼ਾਮ ਸਿੰਘ ਸਰਦਾਰ ਨੇ ਪੁੱਛਿਆ ਵੀ ਤੋਪਾਂ ਚੱਲਣੀਆਂ ਕਿਉਂ ਬੰਦ ਹੋ ਗਈਆਂ? ਸਰਦਾਰ ਸਭ ਧੋਖਾ ਹੋ ਗਿਆ। ਆ ਤੇਜਾ ਸਿੰਘ ਲਾਲ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਧੋਖਾ ਕੀਤਾ, ਪਹਿਲੇ ਜੰਗ ਦੇ ਮੈਦਾਨ ਅੰਦਰ ਵੀ ਬਿਨਾਂ ਵਜ੍ਹਾ ਤੋਂ ਫੌਜ ਲੈ ਕੇ ਦੌੜ ਗਏ, ਧੋਖਾ ਅੰਗਰੇਜ਼ਾਂ ਦੇ ਨਾਲ ਰਲ ਕੇ ਫਿਰ ਕਰ ਦਿੱਤਾ। ਸਰਦਾਰ ਸਾਹਿਬ ਬਰੂਦ ਨਹੀਂ ਮਿਲ ਰਿਹਾ, ਧੋਖਾ ਹੋ ਗਿਆ, ਬਰੂਦ ਦੀ ਜਗ੍ਹਾ ਰੇਤੋਂ ਮਿਲ ਰਹੀ ਹੈ, ਸਰੋਂ ਮਿਲ ਰਹੀ ਹੈ। 12,000 ਫੌਜ ਲੈ ਕੇ ਤੇਜਾ ਸਿੰਘ ਲਾਲ ਸਿੰਘ ਜਿਹੜੇ ਡੋਗਰੇ ਜਿਨ੍ਹਾਂ ਨੇ ਗਦਾਰੀ ਕੀਤੀ, ਭੱਜ ਗਿਆ ਜਾਂਦੇ ਜਾਂਦੇ, ਸਤਲੁਜ ਦਾ ਪੁਲ ਵੀ ਤੋੜ ਗਏ। ਖਾਲਸਾ ਫੌਜਾਂ ਦੀ ਜਿੱਤ ਹੋ ਜਾਣੀ ਸੀ, ਬੜੇ ਜਾਹੋ ਜਲਾਲ ਦੇ ਨਾਲ ਸੂਰਮੇ ਲੜ ਰਹੇ ਨੇ। ਸ਼ਾਮ ਸਿੰਘ ਸਰਦਾਰ ਨੂੰ ਪਤਾ ਲੱਗਿਆ ਹੁਣ ਫਿਰ ਧੋਖਾ ਹੋ ਗਿਆ, ਕੋਈ ਗੱਲ ਨਹੀਂ, ਕਹਿਣ ਲੱਗਿਆ ਜੇਕਰ ਤੋਪਾਂ ਨਹੀਂ ਚੱਲਦੀਆਂ ਤੇ ਗੁਰੂ ਸਾਹਿਬਾਨਾਂ ਦੀ ਬਖਸ਼ਿਸ਼ ਕੀਤੀ ਸ੍ਰੀ ਸਾਹਿਬ ਦੇ ਹੈ ਨਾ ਸਾਡੇ ਤੋਂ। ਜਦੋਂ ਸਰਦਾਰ ਘਰੋਂ ਤੁਰਿਆ ਸੀ ਤੇ ਸਰਦਾਰਨੀ ਦੇਸਾਂ ਨੇ ਤੁਰਨ ਲੱਗੇ ਨੂੰ ਸਰਦਾਰ ਨੂੰ ਕਿਹਾ ਸੀ, ਸਰਦਾਰਾ ਵਿਛੜ ਚੱਲਿਆ, ਚੱਲ ਜਾਂਦਾ ਜਾਂਦਾ ਕੋਈ ਨਿਸ਼ਾਨੀ ਤਾਂ ਦੇ ਜਾ। ਮਿਆਨ ਚੋ ਤਲਵਾਰ ਸੂਤ ਲਈ ਸਰਦਾਰ ਨੇ, ਮਿਆਨ ਸਰਦਾਰਨੀ ਦੇਸਾਂ ਨੂੰ ਫੜਾ ਲਿੱਤਾ, ਲੈ ਦੇਸਾਂ ਮਹਿਲਾਂ ਚ ਟੰਗਦਾ ਹੀ। ਆਉਣ ਵਾਲੀ ਪੀੜ੍ਹੀ ਪੁੱਛੇਗੀ, ਕਹਿੰਦੇ ਤੁਹਾਡਾ ਵੱਡਾ ਵਡੇਰਾ ਸੁਭਰਾਵਾਂ ਦੇ ਮੈਦਾਨ ਅੰਦਰ ਸ਼ਹੀਦ ਹੋਇਆ ਸੀ, ਉਹ ਸ਼ਰੀਫ ਸਾਹਿਬ ਸਰਦਾਰ ਦੇ ਕੋਲ ਸੀ, ਸਿੰਘਾਂ ਨੇ ਲਾਏ ਬੋਲੇ ਸੋਹਾਂ ਨੇ ਹਾਲ, ਸਤ ਸ੍ਰੀ ਅਕਾਲ ਦੇ ਜਕਾਰੇ, ਕੱਢੀ ਸਿੰਘਾਂ ਦੀ ਸਮਥਣ ਮਿਆਂ ਚੋਂ ਤਲਵਾਰ। ਕਵੀ ਕੀ ਲਿਖਦਾ, ਕਿਤੇ ਹੋ ਗਈ ਹੋ ਗਈ ਨਹੀਂ ਜਾਂਦੀ, ਕਈ ਔਸੀਆਂ ਪਾਵੀ, ਕਈ ਨੇ ਉਤਾਰਦੀ, ਕਈ ਨੂੰ ਠਰਦੀ, ਕਈ ਦੀ ਮੌਤ ਔਰ ਜ਼ਿੰਦਗੀ ਸਵਾਰਦੀ, ਮਾਮਾ
ਕਹਿੰਦੇ ਲਾਲ ਜੰਗ ਦੇ ਮੈਦਾਨ ਅੰਦਰ ਸ਼ਹੀਦੀ ਜਾਂ ਪੀਰਾਂ ਨੇ ਤਕੜ ਤਕੜ ਕੁੜੇ ਭਾਈ ਦੇ ਮੈਦਾਨ ਵਿੱਚ ਧੜਕ ਧੜਕ ਧੜ ਧੜ ਤੋਂ ਆਪਾਂ ਚੱਲੀਆਂ ਭੜਕ ਭੜਕ ਕੇ ਸੁਰ ਮੈਂ ਜ਼ਮੀਨ ਉੱਤੇ ਖੜਕ ਖੜਕ ਦੇਗਾ ਢਾਲਾਂ ਤੋਂ ਢਲੀਆਂ ਚੜਕ ਚੜਕ ਚੜਕਾਏ ਦਲ ਵੈਰੀਆਂ ਦੇ ਅਟਕ ਅਟਕ ਜਾਨਾ ਲੰਬਾ ਉੱਤੇ ਖੜੀਆਂ ਤੜਕ ਤੋਂ ਆਪਾਂ ਘੋੜੀ ਚੱਲੀ ਘੜ 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 ਕੇ ਸੁਰ ਮੈਂ ਡਿੱਗੇ ਲੜ 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 ਵੈਰੀ ਮਾਰੀਆਂ ਨੂੰ ਫੜ 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 ਰੁਕਣ ਤੋਂ ਮਾਜੇ ਯੋਦੇ ਖੜ ਖੜ ਜਦ ਤੇ ਵਕ ਕਿਤੇ ਸਿਰ ਸਿਰ ਧੜ ਧੜ ਕਰਕੇ ਪ੍ਰਮਾਤਮਾ ਨੂੰ ਯਾਦ ਅੰਗਰੇਜ਼ ਫੌਜ ਦੇ ਖਲਾ ਹੋਏ ਕਿਉਂ ਕਿਧਰ ਸ਼ੇਰ ਨੇ ਹੋ ਕੁਝ ਨੇ ਖੇਡ ਲੈ ਮੋਚਾ ਮਾਰ ਲੈ ਤੇ ਭੱਜ ਜਾਵਣਾ ਹੋ ਕੰਗਣਾ ਕੱਚ ਦਿਓ ਭਲਾ ਬੋਲਿਆ ਸ਼ਾਮ ਸਿੰਘ ਸ਼ੇਰ ਨੇ ਬੋਲਿਆ ਸ਼ਾਮ ਸਿੰਘ ਸ਼ੇਰ ਨੇ ਲਿਆ ਦਸਵੇਂ ਗੁਰਾਂ ਨੂੰ ਤਿਆ ਬੰਨ ਖੱਪਣਾ ਸਿਰਾ ਤੇ ਤੁਰ ਪਏ ਕਫਣ ਸਿਰਾਂ ਤੇ ਤੁਰ ਪਏ ਜਿਹਨੂੰ ਮੌਤ ਮਰਨ ਦਾ ਚਾ ਫਿਰ ਮੋਰਚੇ ਤੇ ਬੈਠੇ ਅੰਗਰੇਜ ਨੂੰ ਮੋਰਚੇ ਤੇ ਬੈਠੇ ਅੰਗਰੇਜ਼ ਨੂੰ ਸ਼ਾਮ ਸਿੰਘ ਨੇ ਉੱਥੇ ਟੱਕਰੇ ਆਮੋ ਸਾਹਮਣੇ ਉੱਥੇ ਟੱਕਰੇ ਆਮੋ ਸਾਹਮਣੇ ਸਿੰਘ ਗਏ ਤਲਵਾਰ ਵਾਲਿਆ ਜਿਵੇਂ ਚੜਦੇ ਅੰਗਿਆੜੇ ਫੁੱਲ ਚੜੀ ਜੋ ਜਿਵੇਂ ਚੜਦੇ ਅੰਗਿਆਰੇ ਫੁੱਲ ਚੜੀ ਚੋਂ ਰਹੀਆਂ ਰਫਲਾਂ ਤੇ ਅੱਗ ਬਰਸਾ ਵੱਡਾ ਧੂਏ ਦਾ ਆਕਾਸ਼ ਉੱਤੇ ਛਾ ਗਏ ਬਦਲ ਧੂਏ ਦੇ ਆਕਾਸ਼ ਉੱਤੇ ਛਾ ਗਏ ਜਿੱਦਾਂ ਤੂੰ ਪਾਣੀ ਪਹਾੜ ਕਮਾ ਹੋ ਗਈ ਧਰਤੀ ਹੋ ਮੇਰੀ ਦਾਦੇ ਹੋ ਗਈ ਧਰਤੀ ਲਹੂ ਦੇ ਨਾਲ ਰੰਗਲੀ ਹੋ ਰਤ ਪੈ ਤੁਰੀ ਵਾਂਗ ਦਰਿਆ ਅੱਜ ਪਾ ਗਿਆ ਸ਼ਹੀਦੀ ਸੂਰਮਾ ਪਾ ਗਿਆ ਸ਼ਹੀਦੀ ਸੂਰਮਾ ਹੋ ਲੈ ਜੇ ਦੇਸ਼ ਦੇ ਗਿਆ ਜਿੰਦਲਾ ਯਾਦ ਹੋਈ ਰੱਬਾ ਜਗ ਰਹੀਆਂ ਹੋਰਾਂ ਤੇਰੀਆਂ ਜਗ ਵਿੱਚ ਰਹੀਆਂ ਹੋ ਸ਼ਹੀਦ ਸਿੰਘਾਂ ਤੇਰੀਆਂ ਹਾਂ ਜੀ ਹਾਂ ਬਰਾਦਰੀਆਂ ਦਾ ਹੱਜ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹੈ
ਦੋਨੀ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਸਿੰਘਾਂ ਨੇ ਤੇਗਾਂ ਮਾਰੀਆਂ ਨੇ ਬੰਦੇ ਘੋੜੇ ਬੰਬਾਂ ਦੇ ਨਾਲ ਉੱਡਦੇ ਹਾਥੀ ਉੱਡਦੇ ਸਣੇ ਅੰਬਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀ ਜੰਗ ਦੇ ਮੈਦਾਨ ਅੰਦਰ ਬੜੇ ਜਾਹੋ ਜਲਾਲ ਦੇ ਨਾਲ ਖਾਲਸਾ ਫੌਜਾਂ ਲੜੀਆਂ ਕਈ ਗੋਲੀਆਂ ਕਈ ਤੀਰਾਂ ਤਲਵਾਰਾਂ ਦੇ ਫਟਕਾ ਸਰਦਾਰ ਸ਼ਾਮ ਸਿੰਘ ਧਰਤੀ ਤੇ ਡਿੱਗ ਗਿਆ ਸ਼ਹੀਦੀ ਜਾਂ ਪੀ ਗਿਆ ਉਸੇ ਤਰ੍ਹਾਂ ਹੱਥ ਦੇ ਵਿੱਚ ਫੜੀ ਹੋਈ ਸ੍ਰੀ ਸਾਹਿਬ ਅੰਗਰੇਜ਼ਾਂ ਨੇ ਉਹ ਹੱਥ ਮਰੋੜ ਕੇ ਜਿਹੜੇ ਬਾਅਦ ਵਿੱਚ ਸ੍ਰੀ ਸਾਹਿਬ ਕੱਢੀ ਜਾਂਦੇ ਜਾਂਦੇ ਅੰਗਰੇਜ਼ ਨਾਲ ਲੈ ਗਏ ਅੰਗਰੇਜ਼ਾਂ ਨੇ ਭਵਾਂ ਧੋਖੇ ਦੇ ਨਾਲ ਇਹ ਜਿੱਤ ਪ੍ਰਾਪਤ ਕੀਤੀ ਸੀ ਡੋਗਰਿਆਂ ਦੀ ਗਦਾਰੀ ਦਾ ਕਰਕੇ ਸ਼ਾਮ ਸਿੰਘ ਸਰਦਾਰ ਹਰਨ ਵਾਲਾ ਸੂਰਮਾ ਨਹੀਂ ਸੀ ਸ਼ਾਮ ਸਿੰਘ ਸਰਦਾਰ ਦੇ ਧਰਤੀ ਤੇ ਡਿੱਗਣ ਦੇ ਨਾਲ ਦਿਨ ਦਾ ਭਵਾਂ ਸੂਰਜ ਉਸ ਸਮੇਂ ਖੜਾ ਹੋਵੇਗਾ ਪਰ ਖਾਲਸੇ ਦਾ ਸੂਰਜ ਉਸ ਸਮੇਂ ਸਦਾ ਵਾਸਤੇ ਛਿਪ ਗਿਆ ਅੰਗਰੇਜ਼ ਨੂੰ ਇੱਕ ਨੇ ਸ਼ਰਾਬ ਦਾ ਪਿਆਲਾ ਲਿਆਣ ਕੇ ਫੜਾਇਆ ਉਹਨੇ ਚੱਕ ਕੇ ਮਾਰਿਆ ਦੂਸਰਾ ਅੰਗਰੇਜ਼ ਕਹਿਣ ਲੱਗਾ ਖੁਸ਼ੀ ਦੇ ਅੰਦਰ ਜਸ਼ਨ ਮਨਾਇਆ ਜਾ ਰਿਹਾ ਆਪਣੀ ਜਿੱਤ ਹੋ ਗਈ ਸ਼ਾਮ ਸਿੰਘ ਸਰਦਾਰ ਮਰ ਗਿਆ ਹਰ ਗਿਆ ਉਹ ਕਹਿਣ ਲੱਗਾ ਸਾਡੀ ਜਿੱਤ ਹੋਈ ਨੀ ਸਾਨੂੰ ਜਿਤਾਇਆ ਗਿਆ ਓਏ ਸ਼ਾਮ ਸਿੰਘ ਨੇ ਹਰਨਾ ਨਹੀਂ ਸੀ ਉਹਨੂੰ ਧੋਖੇ ਦੇ ਨਾਲ ਹਰਾਇਆ ਗਿਆ ਉਹ ਹਰਨ ਵਾਲਾ ਨਹੀਂ ਸੀ ਉਹ ਸ਼ਾਮ ਸਿੰਘਾ ਉਹ ਅੰਗਰੇਜ਼ ਕਹਿਣ ਲੱਗਾ ਤੂੰ ਉਹਨਾਂ ਵੱਲੋਂ ਲੜਿਆ ਜਿਹੜੇ ਤੇਰੇ ਆਪਣੇ ਗਦਾਰ ਬਣ ਗਏ ਕਿਤੇ ਸਾਡੇ ਵੱਲੋਂ ਲੜਦਾ ਤੇ ਦੁਨੀਆਂ ਤੇ ਤੇਰਾ ਨਾਮ ਰੁਸ਼ਨਾ ਦਿੰਦੇ ਅੰਗਰੇਜ਼ ਜਦੋਂ ਵੀ ਅਟਾਰੀ ਤੋਂ ਗੁਜ਼ਰਿਆ ਕਰਦੇ ਸਨ ਸਿਰ ਝੁਕਾ ਕੇ ਨੰਗਿਆ ਕਰਦੇ ਆਪਣੇ ਸਿਰ ਦਾ ਕੈਪ ਟੋਪੀ ਲਾ ਕੇ ਸ਼ਾਮ ਸਿੰਘ ਸਰਦਾਰ ਨੂੰ ਸਿਰ ਝੁਕਾ ਕੇ ਜਾਇਆ ਕਰਦੇ ਸਨ ਅਜਿਹਾ ਉਹ ਸੂਰਮਾ ਜਦੋਂ ਸ਼ਹੀਦ ਹੋਇਆ ਸਭਰਾਵਾਂ ਦੇ ਮੈਦਾਨ ਅੰਦਰ ਅਸੀਂ ਆਪ ਜੀ ਦੇ ਨਾਲ ਉਸ ਸਮੇਂ ਦਾ ਹਾਲ ਸਾਂਝਾ ਕੀਤਾ ਪ੍ਰਬੰਧਕਾਂ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ ਤੇ ਇਹਦੇ ਉੱਤੋਂ ਮੈਂ ਬਹੁਤ ਹੀ ਸਤਿਕਾਰਯੋਗ ਬਾਬਾ ਮੇਹਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰ ਜਾਵਾਂ ਸਮੁੱਚੀਆਂ ਇਲਾਕੇ ਨਿਵਾਸੀ ਸੰਗਤਾਂ ਨਗਰ ਨਿਵਾਸੀ ਸੰਗਤਾਂ ਜਿਹੜੇ ਵੀ ਚੱਲ ਕੇ ਗੁਰੂ ਸਾਹਿਬਾਨਾਂ ਦੇ ਚਰਨਾਂ 'ਚ ਪਹੁੰਚੇ ਉਹ ਤੁਹਾਡਾ ਕਦਮ ਕਦਮ ਲੇਖੇ ਜਿਹੜੇ ਸਵਾਸ ਅੱਜ ਤੁਸੀਂ ਗੁਰੂ ਸਾਹਿਬਾਨਾਂ ਦੇ ਚਰਨਾਂ ਅੰਦਰ ਬਤੀਤ ਕਰ ਰਹੇ ਹੋ ਤੁਹਾਡਾ ਸਵਾਸ ਸਵਾਸ ਲੇਖੇ ਲੱਗ ਰਿਹਾ ਇਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਬੜਾ ਕੀਮਤੀ ਸਮਾਂ ਛੱਡ ਕੇ ਆਏ ਹਾਂ ਮੈਂ ਕਹਿੰਦੀ ਹੁਣੀ ਕੀਮਤੀ ਸਮਾਂ ਉਹ ਨਹੀਂ ਜਿਹੜਾ ਛੱਡ ਕੇ ਆਏ ਹੋ ਜਿਹੜਾ ਗੁਰੂ ਚਰਨਾਂ ਅੰਦਰ ਬਤੀਤ ਕਰੇ ਕੰਮ ਛੱਡ ਕੇ ਬੜਾ ਜ਼ਰੂਰੀ ਸੀ ਜੀ ਆ ਗਏ ਪਰ ਇਹ ਸਮਾਂ ਜ਼ਰੂਰੀ ਹੈ ਜਿਹੜਾ ਗੁਰੂ ਚਰਨਾਂ ਅੰਦਰ ਬਤੀਤ ਕੀਤਾ ਜਾਵੇ ਕੰਮ ਇਹੀ ਜ਼ਰੂਰੀ ਹੈ ਸਮਾਂ ਹੀ ਜ਼ਰੂਰੀ ਹੈ ਇਸ ਇਕੱਲੇ ਇਕੱਲੇ ਸਵਾਸ ਦਾ ਤੁਹਾਨੂੰ ਫਲ ਮਿਲੇਗਾ ਮਹਾਰਾਜ ਰਹਿਮਤ ਕਰਨ ਹਰ ਕੋਈ ਖੁਸ਼ੀ ਤੁਹਾਡੀ ਝੋਲੀ ਵਿੱਚ ਪਾਉਣ ਬੱਚਿਆਂ ਦੇ ਲੰਮੀ ਆਯੂ ਸੱਚੇ ਪਾਤਸ਼ਾਹ ਮਹਾਰਾਜ ਬੱਚਿਆਂ ਨੂੰ ਬਖਸ਼ਿਸ਼ ਕਰਨ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਿਸ਼ ਕਰਨ ਮਾਂ ਬਾਪ ਦੇ ਆਗਿਆਕਾਰ ਬੱਚੇ ਬਣ ਭੈਣਾਂ ਦਾ ਧੰਨਵਾਦ ਵੀਰਾਂ ਦਾ ਬਜ਼ੁਰਗਾਂ ਦਾ ਧੰਨਵਾਦ ਸਰਕਾਰੀ ਯੋਗ ਮੈਨੇਜਮੈਂਟ ਕਮੇਟੀ ਧੰਨਵਾਦ ਨੌਜਵਾਨ ਵੀਰ ਜਿਨ੍ਹਾਂ ਦਾ ਹੁਕਮ ਹੋਇਆ ਢਾਡੀ ਜਥਾ ਆਪ ਜੀ ਦੇ ਜੋੜੇ ਝਾੜਨ ਦੀ ਸੇਵਾ ਕਰਨ ਵਾਸਤੇ ਪਹੁੰਚਿਆ ਉਹਨਾਂ ਦਾ ਧੰਨਵਾਦ ਸਾਡੇ ਤੋਂ ਸ਼ਬਦ ਨਹੀਂ ਅਸੀਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰ ਦਈਏ ਕੋਟਨ ਕੋਟਨ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜਿਹੜੇ ਗੁੰਗਿਆਂ ਤੋਂ ਵੀ ਵਖਿਆਨ ਕਰਵਾ ਲੈਂਦੇ ਨੇ ਮਹਾਰਾਜ ਰਹਿਮਤ ਕਰਨ ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਬਾਬਾ ਉਜਾਗਰ ਸਿੰਘ ਜੀ ਉਹਨਾਂ ਦੀ ਯਾਦ ਤੁਸੀਂ ਮਨਾਉਂਦੇ ਰਹੋ ਉਹਨਾਂ ਦੀ ਬਰਸੀ ਮਨਾਉਂਦੇ ਰਹੋ ਕਿਉਂਕਿ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਦੁਨੀਆਂ ਤੇ ਆਣ ਕੇ ਸਮਾਜ ਅੰਦਰ ਨਵੇਂ ਚੰਗੇ ਪੂਰਨੇ ਪਾ ਕੇ ਜਾਂਦੇ ਨੇ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜਾ ਆਪਣਾ ਆਪ ਦੂਸਰੇ ਨੂੰ ਸਮਰਪਿਤ ਕਰਕੇ ਜਾਂਦੇ ਨੇ ਆਪਣੇ ਆਪ ਜੂਣ ਵਾਸਤੇ ਤੇ ਬੜੇ ਲੋਕ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਮੇਰਾ ਬਣ ਜਾਵੇ ਮੇਰੇ ਬੱਚਿਆਂ ਦਾ ਬਣ ਜਾਵੇ ਮੇਰੇ ਪਰਿਵਾਰ ਦਾ ਟੱਬਰ ਦਾ ਬਣ ਜਾਵੇ ਪਰ ਉਹ ਇੰਟਰਨੈਸ਼ਨਲ ਪੱਧਰ ਤੇ ਯਾਦ ਕੀਤੀ ਜਾਣ ਵਾਲੀਆਂ ਹਸਤੀਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਹੜੇ ਦੂਜੇ ਲਈ ਆਪਣਾ ਆਪ ਸਮਰਪਿਤ ਕਰ ਦਿੰਦੇ ਨੇ ਜਿਹੜੇ ਸ਼ਹੀਦ ਹੁੰਦੇ ਨੇ ਜਿਹੜੇ ਸਾਧੂ ਹੁੰਦੇ ਨੇ ਜਿਹੜੇ ਸੰਤ ਹੁੰਦੇ ਨੇ ਉਹ ਰੱਬ ਦੇ ਪਿਆਰੇ ਹੁੰਦੇ ਨੇ ਅੱਜ ਆਪਾਂ ਬਾਬਾ ਉਜਾਗਰ ਸਿੰਘ ਜੀ ਬਾਬਾ ਰਾਮ ਸਿੰਘ ਜੀ ਉਹਨਾਂ ਦੀ ਯਾਦ ਅੰਦਰ ਇਕੱਤਰ ਹੋਏ ਹਾਂ ਤੇ ਜਿਨ੍ਹਾਂ ਦਾ ਦਿਨ ਮਨਾਈਏ ਉਹ ਵੀ ਹਾਜ਼ਰ ਹੁੰਦੇ ਨੇ ਮੈਂ ਇਹ ਵੀ ਗੱਲ ਕਹਿ ਦੇਵਾਂ ਕਿ ਜਦੋਂ ਜਿਨ੍ਹਾਂ ਨੂੰ ਯਾਦ ਕਰੀਏ ਨਾ ਉਹ ਹਾਜ਼ਰ ਜ਼ਰੂਰ ਹੁੰਦੇ ਨੇ ਅੱਜ ਵੀ ਉਹ ਹਾਜ਼ਰ ਨੇ ਰਹਿਮਤ ਕਰਨ ਕਮਾਈਆਂ ਵਿੱਚ ਬਰਕਤਾਂ ਪਾਉਣ ਵਾਧੇ ਕਰਨ ਤਰੱਕੀਆਂ ਸਭ ਨੂੰ ਬਖਸ਼ਿਸ਼ ਕਰਨ ਮੂਵੀ ਵਾਲੇ ਵੀਰ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਨੇ ਧੰਨਵਾਦ ਸਾਉਣ ਵਾਲੇ ਵੀਰ ਜੀ ਉਹਨਾਂ ਦਾ ਧੰਨਵਾਦ
ਜਥਾ ਤੁਹਾਡਾ ਆਪਣਾ ਜਥਾ ਇੰਟਰਨੈਸ਼ਨਲ ਢਾਡੀ ਜਥਾ ਦਾਸ ਬੀਬੀ ਜਸਵੀਰ ਕੌਰ ਜੱਸ ਪਿੰਡ ਹੈਦਰਾਬਾਦ ਵੇਟ ਨਜ਼ਦੀਕ ਸੁਲਤਾਨਪੁਰ ਲੋਧੀ ਟੱਟਦੇ ਸਹਾਦੇ ਰਸਨ ਭੈਣ ਜੀ ਅਮਨਦੀਪ ਕੌਰ ਭੈਣ ਜੀ ਕੁਲਵੰਤ ਕੌਰ ਸੁਰੰਗੀ ਤੇ ਸਹਾਦਰੀ ਸਿਦਾਸ ਦੀ ਛੋਟੀ ਭੈਣ ਇਹਨਾਂ ਦਾ ਨਾਮ ਵੀ ਕੁਲਵੰਤ ਕੌਰ ਤੁਸੀਂ ਇਸ ਜਥੇ ਨੂੰ ਪੀ ਟੀ ਸੀ ਨਿਊਜ਼ ਪੰਜਾਬੀ ਚੜ੍ਹਦੀ ਕਲਾ ਟਾਈਮ ਟੀ ਵੀ ਡੀ ਡੀ ਪੰਜਾਬੀ ਜਲੰਧਰ ਦੂਰਦਰਸ਼ਨ ਤੋਂ ਬਹੁਤ ਵਾਰੀ ਲਾਈਵ ਪ੍ਰੋਗਰਾਮਾਂ 'ਚ ਦੇਖ ਚੁੱਕੇ ਹੋਵੋਗੇ ਪੀ ਟੀ ਸੀ ਨਿਊਜ਼ ਪੰਜਾਬੀ ਚੈਨਲ ਵੱਲੋਂ ਦੋ ਵਾਰੀ ਅਵਾਰਡ ਵਾਸਤੇ ਦਸ ਦੇ ਜਥੇ ਨੂੰ ਚੁਣਿਆ ਗਿਆ ਬੜਾ ਮਾਣ ਸਤਿਕਾਰ ਸੰਗਤਾਂ ਨੇ ਦੇਖ ਕੇ ਨਿਵਾਜੇ ਹੈ ਬੋਲਦੇ ਸਮੇਂ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਕਹਿ ਦਿੱਤੇ ਹੋ ਗਏ ਹੁਣ ਮਾਫ਼ੀ ਚਾਹੁੰਦੇ ਹਾਂ ਮਹਾਰਾਜ ਰਹਿਮਤ ਕਰਨ ਸਾਡੇ ਲਈ ਤੁਸੀਂ ਅਰਦਾਸ ਕਰਿਓ ਅਸੀਂ ਇਸੇ ਤਰ੍ਹਾਂ ਸੰਗਤਾਂ ਦੇ ਜੋੜੇ ਚਾੜਨ ਦੀ ਸੇਵਾ ਕਰਦੇ ਰਹੀਏ ਆਓ ਸੁੱਚੀਆਂ ਸੰਗਤਾਂ ਪਿਆਰ ਦੇ ਨਾਲ ਸੰਤ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ